वाहेगुरु जी का खालसा वाहेगुरु जी की फतेह। पतत पावन भगत वत्सल कृपा निदान जुगो जुग अटल प्रगट गुरां की देह प्रताख हार। धन धन सतगुरु श्री गुरु ग्रंथ साहिब महाराज जी दी परम पवित्र हजूरी दे अंदर। धन धन श्री गुरु तेग बहादुर साहिब महाराज जी दे परम पवित्र तप अस्थान गुरुद्वारा श्री भोरा साहिब जी विखे। महान पावन पवित्र दिहाड़ा बंदी छोड़ दिवस दे समय अमृत वेले दे समय तो सजे हुए दीवाना दे विच हाजरियां भर रहे दर्शन दिदारे कर रहे गुरु प्यारी खालसा साध संगत जी महाराज साहिब जी ने अपार बख्शिश कृपालता कीती है जो सानू अपने पावन स्थाना दे दर्शन मेले सत संगत दियां घड़ियां सेवा सिमरन दा समा कथा कीर्तन दियां हाजरियां दा समा बख्शिया है। आओ इस समय नूं लेखे चलाइए जो अज दा महाराज साहिब दा पवित्र दिहाड़ा। एक तो गुरु हरगोबिंद साहिब जी दे बंदी छोड़ दिवस मनाए जा रहे जदों महाराज कैदियां दे बंधन कट के सचखंड हरिमंदर साहिब पहुंचे ਅਤੇ ਦੂਸਰਾ ਮਹਾਂਬਲੀ ਯੋਧੇ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦਾ ਪਾਵਨ ਸ਼ਹੀਦੀ ਦਿਹਾੜਾ ਹਰਿਮੰਦਰ ਸਾਹਿਬ ਦੇ ਆਜ਼ਾਦ ਕਰਾਉਂਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ ਸੀ। ਬੰਦੀ ਛੋੜ ਅਤੇ ਸ਼ਹੀਦੀ ਦਿਹਾੜੇ ਦੀ ਵਿਚਾਰ ਆਪਾਂ ਕਰਾਂਗੇ। ਉਸ ਤੋਂ ਪਹਿਲਾਂ ਗੁਰਬਾਣੀ ਦੀ ਜੋ ਲੜੀਵਾਰ ਕਥਾ ਹੈ ਸੰਖੇਪ ਅਰਥ ਵਿਚਾਰ ਜੋ ਮਹਾਰਾਜ ਲੜੀਵਾਰ ਕਥਾ ਦੇ ਵਿੱਚ ਉਪਦੇਸ਼ ਬਖਸ਼ ਰਹੇ ਨੇ ਉਸ ਨੂੰ ਸਮਝਣ ਵਾਸਤੇ ਮਹਾਰਾਜ ਸਾਹਿਬ ਦਾ ਉਹ ਆਸਰਾ ਲੈਂਦੇ ਹਾਂ। ਕਥਾ ਵਿੱਚ ਹਾਜ਼ਰੀ ਭਰੀਏ। ਆਓ ਸਾਰੀ ਸੰਗਤ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਲ ਆਤਮਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ ਸੱਤਰ ਦੇ ਉੱਤੇ ਇਹ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਜੀ ਦਾ ਸੁਭਾਏ ਮਾਨ ਹੈ ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਪਹਿਲਾ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਇਹਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਠ ਪਦਿਆਂ ਵਾਲੀ ਬਾਣੀ ਮਹਾਰਾਜ ਉਚਾਰਦੇ ਨੇ। ਇਸ ਤੋਂ ਪਹਿਲਾਂ 17 ਅਸ਼ਟਪਦੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਆਪਾਂ ਸਰਵਣ ਕੀਤੀਆਂ ਨੇ। 8 ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਆਈਆਂ ਹਨ। ਚੌਥੇ ਪਾਤਸ਼ਾਹ ਸ੍ਰੀ ਰਾਗ ਵਿੱਚ 8 ਪਦਿਆਂ ਵਾਲੀ ਬਾਣੀ ਨਹੀਂ ਉਚਾਰੀ ਅਤੇ 6ਵੀਂ ਅਸ਼ਟਪਦੀ ਹੈ ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਨੇ ਜਿੱਥੋਂ ਨੇਤੀ ਆਪ ਕਥਾ ਸਰਵਣ ਕਰਦੇ ਹੋ ਹਰਿਮੰਦਰ ਸਾਹਿਬ ਮੰਜੀ ਸਾਹਿਬ ਗੁਰਦੁਆਰਾ ਜਿੱਥੇ 12ਵਾਂ ਦੀ ਬਾਣੀ ਮਹਾਰਾਜ ਨੇ ਉਚਾਰੀ ਉੱਥੇ ਸਤਿਗੁਰੂ ਸਾਹਿਬ ਦੀਵਾਨ ਸਜਾ ਕੇ ਸੁਭਾਏ ਮਾਨ ਸਨ। ਉਸ ਵੇਲੇ ਨਾਮ ਦੀ ਮਹਾਨਤਾ ਪੁੱਛੀ ਸਿੱਖਾਂ ਨੇ ਅਤੇ ਸਤਿਗੁਰੂ ਸਾਹਿਬ ਜੀ ਨੇ ਇਹ 4 ਪਹਿਲੀਆਂ ਪੌੜੀਆਂ 'ਚ ਦੱਸਿਆ ਹੈ ਵੀ ਜੇ ਕੋਈ ਬਹੁਤਾ ਹੀ ਦੁਖੀ ਵੀ ਹੋਵੇ ਗਰੀਬ ਕੰਗਲਾ ਹੋਵੇ ਪਰ ਨਾਮ ਜਪੇ ਤਾਂ ਉਹਦੇ ਦੁੱਖ ਕੱਟੇ ਜਾਂਦੇ ਹਨ। 4 ਪੌੜੀਆਂ 'ਚ ਮਹਾਰਾਜ ਨੇ ਦੱਸਿਆ ਕੋਈ ਬਹੁਤਾ ਧਨੀ ਵਿਦਵਾਨ ਸੁਖੀ ਵੀ ਹੋਵੇ ਪਰ ਨਾਮ ਜਪਦਾ ਤਾਂ ਉਹਦੇ ਕਾਰਜ ਉਹ ਸਭ ਵਿਅਰਥ ਜਾਂਦੇ ਨੇ
ते अखीरली नौवीं पौड़ी च इस दे विच महाराज साहब ने नाम परमेश्वर गुरां दी कृपा नाल ही मिलदा है दृढ़ कराया। ऐसा है परम पवित्र उपदेश पंचम पातशाह दिंदे जिहदे विच नाम दी ही महिमा कही है। जांका मुश्किल आत्मन सतगुरु कहिंदे जिस पुरख दे ताई अत्यंत ही मुश्किल दा बिपता दा समा बन जावे चार सफेर मुश्किलां बिपता आ करके घेर लवे ऐसी मुसीबत बने कि फिर उस बिपता जो निकलने वास्ते कोई ढोई आसरा कोई सहारा ना दवे कोई मददगार ना बने कोई बाहवी ना फड़े उस बिपता विच पए हुए मनुखा दी जे कोई जीव बिपता च पै गया जे कोई मुश्किल च पै गया वह जो हाथ पैर मारदा है ना भी मैं निकला किसी की मदद लवा किसी का सहारा लवा ਤਾਂ ਪੰਚਮ ਪਾਤਸ਼ਾਹ ਕਹਿੰਦੇ ਵੀ ਜਾ ਜਿਨ੍ਹਾਂ ਪੁਰਖਾਂ ਨੂੰ ਜਿਸ ਜੀਵ ਨੂੰ ਬਹੁਤ ਹੀ ਕੋਈ ਅਤਿਅੰਤ ਹੀ ਮੁਸ਼ਕਲ ਮੁਸੀਬਤ ਬਿਪਤਾ ਔਖਿਆਈ ਬਣ ਆਵੇ ਉਸ ਔਖਿਆਈ ਵਿੱਚ ਕੋਈ ਸਹਾਰਾ ਨਾ ਦਿਖਦਾ ਹੋਵੇ ਜੇ ਕਿਸੇ ਦੇ ਕੋਲ ਜਾ ਕੇ ਮਦਦ ਮੰਗੇ ਕੋਈ ਵੀ ਆਸਰਾ ਕੋਈ ਢੋਈ ਦੇਣ ਨੂੰ ਤਿਆਰ ਨਾ ਹੋਵੇ ਵੀ ਤੂੰ ਤਾਂ ਬਿਪਤਾ 'ਚ ਫਸਿਆ ਸਾਨੂੰ ਕਾਹਤੋਂ ਪਾਉਣਾ ਹੈ ਲਾਗੂ ਹੋਏ ਦੁਸ਼ਮਣ ਦੁਸ਼ਮਣ ਕਹਿੰਦੇ ਲਾਗੂ ਹੋ ਜਾਣ ਪਿੱਛੇ ਲੱਗ ਜਾਣ ਹਰ ਵੇਲੇ ਮਾਰਨ ਦੀਆਂ ਸੋਚਣ ਵਿਅੰਤਾਂ ਬਣਾਉਣ ਵੀ ਜਦੋਂ ਵੀ ਕਿਤੇ ਸਮਾਂ ਮਿਲੇ ਇਹਨੂੰ ਖਤਮ ਕਰ ਦਿਆਂਗੇ ਮਾਰ ਦਿਆਂਗੇ ਵੀ ਦੁਸ਼ਮਣ ਲਾਗੂ ਹੋ ਜਾਣ ਪਿੱਛੇ ਲੱਗੇ ਫਿਰਨ ਮਾਰਨ ਵਾਲੇ ਸਾਗ ਤੇ ਭੱਜ ਖਲੇ ਜਿਹੜੇ ਸਾਗ ਸੰਬੰਧੀ ਸਨ ਜਿਹੜੇ ਕਹਿੰਦੇ ਸੀ ਵੀ ਕੋਈ ਨਹੀਂ ਹੈ ਸਾਡੇ ਹੁੰਦਿਆਂ ਪਰਵਾਹ ਨਾ ਕਰ ਜਦੋਂ ਦੁਸ਼ਮਣ ਪਿੱਛੇ ਲੱਗੇ ਉਹ ਵੀ ਕਹਿੰਦੇ ਭੱਜ ਖਲੇ ਭੱਜ ਕੇ ਪਰੇ ਖਲੋ ਗਏ ਜਾ ਕੇ ਉਹ ਕਹਿੰਦੇ ਵੀ ਇਹ ਤਾਂ ਮਰੂਗਾ ਅਸੀਂ ਇਹਦੇ ਨਾਲ ਕਿਉਂ ਮਰੀਏ ਦੁਸ਼ਮਣ ਪਿੱਛੇ ਲੱਗੇ ਹੋਣ ਸਾਗ ਸੰਬੰਧੀ ਜਿਨ੍ਹਾਂ ਤੋਂ ਕੋਈ ਮਨੁੱਖ ਨੂੰ ਆਸ ਹੋਵੇ ਉਹ ਵੀ ਸਾਰੇ ਸਾਧ ਸੰਗਤ ਭੱਜ ਕੇ ਇੱਕ ਪਾਸੇ ਖਲੋ ਜਾਣ ਉਹ ਵੀ ਕਹਿਣ ਵੀ ਅਸੀਂ ਨਹੀਂ ਕੁਝ ਕਰ ਸਕਦੇ ਭਾਈ ਹੁਣ ਤੇਰੀ ਇਸ ਬਿਪਤਾ ਸਮੇਂ ਅਸੀਂ ਆਪਣੀ ਸਾਨੂੰ ਤਾਂ ਆਪਣੀ ਜਾਨ ਪਿਆਰੀ ਹੈ ਹਰ ਕੋਈ ਜਾਨ ਪਿਆਰੀ ਕਰਦਾ ਨਾ ਕਹਿੰਦੇ ਵੀ ਤੇਰੀ ਮਦਦ ਕਰਕੇ ਅਸੀਂ ਕਿਉਂ ਮੁਸੀਬਤ 'ਚ ਬਣੀਏ ਫਸੀਏ ਤੂੰ ਤਾਂ ਹੁਣ ਮਰਨਾ ਹੀ ਅਸੀਂ ਕਿਉਂ ਤੇਰੇ ਪਿੱਛੇ ਮਰੀਏ ਇਸ ਤਰ੍ਹਾਂ ਦੀ ਹਾਲਤ ਬਣ ਜਾਵੇ ਜੇ ਕਿਸੇ ਜੀਵ ਦੀ ਇਹ ਪਹਿਲਾਂ ਜਣਾ ਰਹੇ ਨੇ ਵੀ ਇੰਨਾ ਕੋਈ ਬੰਦਾ ਦੁਖੀ ਹੋ ਜਾਵੇ ਵੀ ਉਹਦੇ ਸੰਬੰਧੀ ਵੀ ਪਰੇ ਹੋ ਕੇ ਖਲੋ ਜਾਣ ਉਸ ਲਾਗਿਓਂ ਗੱਲ ਕੀ ਵੀ ਸਭੋ ਭੱਜੈ ਆਸਰਾ ਹਰ ਤਰ੍ਹਾਂ ਦਾ ਉਹਦਾ ਆਸਰਾ ਭੱਜੇ ਭੱਜ ਟੁੱਟ ਜਾਵੇ ਨਾਸ ਹੋ ਜਾਵੇ ਕੋਈ ਆਸਰਾ ਨਾ ਦੇਵੇ ਕੋਈ ਧਨ ਦਾ ਕੋਈ ਗੁਣਾਂ ਦਾ ਕੋਈ ਵਿਦਿਆ ਦਾ ਕੋਈ ਮਾਇਆ ਦਾ ਕੋਈ ਆਸਰਾ ਨਾ ਜਿਸ ਦਾ ਬਚੇ ਚੁੱਕੇ ਸਭ ਅਸਰਾ ਤੇ ਹੋਰ ਅਸਰਾ ਉਹ ਆਸਰਾ ਆਪਣਾ ਦੇਣ ਵਾਲੇ ਕੋਈ ਮਦਦ ਕਰਨ ਵਾਲੇ ਉਹ ਵੀ ਸਾਰੇ ਕਹਿੰਦੇ ਚੁੱਕੇ ਜਾਣ ਮੁੱਕ ਜਾਣ ਜਾਂ ਅਸਰਾ ਉਹ ਤੋਂ ਭਾਵ ਜਿਵੇਂ ਹੁੰਦਾ ਹੈ ਨਾ ਵੀ ਕੋਈ ਮਦਦ ਨਾ ਕਰੇ ਫਿਰ ਬੰਦਾ ਰਾਜੇ ਕੋ ਪਿੰਡ ਦੇ ਮੁਖੀ ਕੋ ਪੰਜ ਸਰਪੰਚ ਕੋ ਜਾਂ ਕਿਸੇ ਧਨਾੜ ਕੋ ਜਾਂਦਾ ਵੀ ਤੂੰ ਹੀ ਬਾਂਹ ਫੜ ਕਹਿੰਦੇ ਉਹ ਵੀ ਜਵਾਬ ਦੇ ਦੇਣ ਵੀ ਅਸੀਂ ਵੀ ਕੁਝ ਨਹੀਂ ਕਰ ਸਕਦੇ ਰਾਜ ਭਾ ਸਰਕਾਰੇ ਦਰਬਾਰੇ ਨਾ ਹੋ ਜਾਵੇ ਪਿੰਡ ਦੇ ਮੁਖੀ ਜਿਹੜੇ ਹਨ ਉਹ ਮੂੰਹ ਮੋੜ ਲੈਣ ਸਭ ਆਸਰੇ ਚੁੱਕੇ ਜਾਣ ਖਤਮ ਹੋ ਜਾਣ ਜਿਸ ਮਨੁੱਖ ਦੇ ਉਸ ਪਾਰ ਬ੍ਰਹਮ ਚਿੱਤ ਆਵੈ ਉਸ ਪਾਰ ਬ੍ਰਹਮ ਉਸ ਬਿਪਤਾ 'ਚ ਫਸੇ ਹੋਏ ਮਨੁੱਖ ਨੂੰ ਜੇ ਕਿਤੇ ਪਰਮੇਸ਼ਰ ਤੇ ਭਰੋਸਾ ਵੱਧ ਜਾਵੇ ਨਾ ਜੇ ਗੁਰੂ ਸਾਹਿਬ ਕਿਰਪਾ ਕਰਨ ਉਹਦੇ ਚਿੱਤ ਵਿੱਚ ਵਾਹਿਗੁਰੂ ਆ ਕੇ ਵਸ ਜਾਵੇ ਜੇ ਉਹ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਵੇ ਭਾਵੇਂ ਜਿੰਨੀ ਪਿੱਛੇ ਮੁਸੀਬਤ ਕਹੀ ਹੈ ਇਹ ਤੋਂ ਵੀ ਦੁਗਣੀ ਮੁਸੀਬਤ ਕਿਉਂ ਨਾ ਪਈ ਹੋਵੇ ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਦੁਖੀ ਉਸ ਬਿਪਤਾ 'ਚ ਫਸੇ ਹੋਏ ਮਨੁੱਖ ਨੂੰ ਜਿਹਦੇ ਸਾਰੇ ਹੀ ਆਸਰੇ ਖਤਮ ਹੋ ਗਏ ਜੇ ਵਾਹਿਗੁਰੂ ਚੇਤੇ ਆ ਜਾਵੇ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਵੇ ਫਿਰ ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ ਉਹਨੂੰ ਕੋਈ ਸੇਕ ਨਹੀਂ ਲੱਗਦਾ ਭਾਵ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜਿਹਨੂੰ ਪਰਮੇਸ਼ਰ ਅਕਾਲ ਪੁਰਖ ਚੇਤੇ ਆਉਂਦਾ ਜਿਹਦੇ ਚਿੱਤ ਵਿੱਚ ਵਾਹਿਗੁਰੂ ਵਸ ਗਿਆ ਉਹਨੂੰ ਵਾਰ ਵਾਰ ਮਾਤਾ ਦੇ ਗਰਭ ਦੀ ਅੱਗ ਦਾ ਸੇਕ ਨਹੀਂ ਲੱਗਦਾ ਜੰਮਣ ਮਰਨ ਦਾ ਸੇਕ ਨਹੀਂ ਲੱਗਦਾ ਕੋਈ ਕਿਸੇ ਪ੍ਰਕਾਰ ਦੀ ਬਿਪਤਾ ਦੀ ਅੱਗ ਉਹਨੂੰ ਦੁਖੀ ਨਹੀਂ ਕਰ ਸਕਦੀ ਜਿਹਨੂੰ ਨਾਮ ਚੇਤੇ ਆ ਗਿਆ ਨਾਮ ਐਸਾ
परमेश्वर दा मददगार है। साहिब नितानिया का तार, ओ जो साहिब मालिक है पातशाह कहिंदे भाई उते भरोसा रखो, क्योंकि जेड़े नितानिए ने जिन्हां दा कोई तान नहीं उन्हां नूं बल देण वाला है, जिन्हां दा कोई शरीरक बल ना होए उन्हां नूं शरीरक बल देण वाला नितानिआं दा तान है, उन्हां दा बल रूप है। जिन्हां दे कोल कोई आत्मक ज्ञान दा बल ना होवे उन्हां नूं परमेश्वर ब्रह्म ज्ञान दी ताकत देण वाला है। जिन्हां को सब ताकत हुंदिआं वी नमाणे हो के मालक दे गुरु दे दर ते आउंदे ने, उन्हां सारिआं दा आसरा रूप बल रूप वाहिगुरु आप बणदा ऐ। आए ना जाई थिर सदा, फिर वाहिगुरु कैसा है वी आउंदा जांदा नहीं, जांदा मरदा नहीं, सदा थिर सदा कायम रहन वाला है। गुर शब्दी सच जान, इस करके भाई गुरु दा शब्द है जो गुरु दा उपदेश है ओ सुन के दे उस परमेश्वर नू सच्चा करके जान लै भी मददगार ओही है। ए गल सच्ची है, ए गल निश्चय वाचक है, गुरु साहिब दी बाणी गुरु नानक दा उपदेश है। इस द्वारा तू ए गल नू समझ लै भी एक परमेश्वर ही है बस ਤੁਹਾਡਾ ਸਹਾਰਾ, ਉਹੀ ਮਦਦਗਾਰ ਹੈ। ਇਹ ਗੱਲ ਸੱਚੀ ਜਾਣ ਲੈ ਵੀ ਉਹ ਬਿਪਤਾ ਦੇ ਵਿੱਚ ਮਦਦਗਾਰ ਹੈ, ਦੁਖੀਆਂ ਦਾ ਉਹ ਆਸਰਾ ਹੈ, ਨਿਤਾਣਿਆਂ ਨੂੰ ਤਾਣ ਦੇਣ ਵਾਲਾ ਹੈ। ਉਹ ਸੱਚ ਸਰੂਪ ਵਾਹਿਗੁਰੂ ਨੂੰ ਜਾਣ ਲੈ, ਉਹਨਾਂ ਸਾਂਝ ਪਾ ਲੈ, ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਜੇ ਕੋਈ ਦੁਬਲਾ, ਅੱਗੇ ਹੋਰ ਦੁੱਖ ਦੱਸਦੇ ਨੇ, ਕਹਿੰਦੇ ਜੇ ਕੋਈ ਦੁਬਲਾ ਹੋਵੇ, ਮਾਇਆ ਵੱਲੋਂ ਵੀ ਕਮਜ਼ੋਰ ਹੋਵੇ, ਸਰੀਰ ਕਰਕੇ ਵੀ ਕਹਿੰਦੇ ਬਹੁਤਾ ਵਿਚਾਰਾ ਕਮਜ਼ੋਰ ਹੋ ਜਾਵੇ, ਕੋਈ ਮੰਗ ਭੁੱਖ ਕੀਤੀ, ਬਾਹਰੋਂ ਸਰੀਰ ਕਰਕੇ ਤਾਂ ਕਮਜ਼ੋਰ ਹੋਵੇ ਹੀ, ਅੰਦਰੋਂ ਵੀ ਕਮਜ਼ੋਰੀ ਹੋਵੇ ਤੇ ਨੰਗ ਭੁੱਖ ਹਰ ਵੇਲੇ ਹੋਵੇ, ਭਾਵ ਕਿ ਜੇ ਤਲੀ ਆ ਤੇ ਪਲੀ ਨਾ ਹੋਵੇ, ਜੇ ਪੱਗ ਹੈ ਤਾਂ ਜੁੱਤੀ ਨਹੀਂ, ਜੇ ਜੁੱਤੀ ਨਹੀਂ ਤਾਂ ਝੱਗਾ ਨਹੀਂ, ਭਾਵ ਕਿ ਇੱਕ ਚੀਜ਼ ਜੇ ਪਾਉਣ ਨੂੰ ਮਿਲ ਗਈ ਕਿਤੇ ਪੈਰੀ ਜੋੜਾ ਹੈ ਤੇ ਤਨ ਤੇ ਝੱਗਾ ਨਹੀਂ, ਪਾਉਣ ਨੂੰ ਜੇ ਝੱਗਾ ਕੋਈ ਮਿਲ ਗਿਆ ਤਾਂ ਸਿਰ ਤੇ ਬੰਨਣ ਨੂੰ ਕੋਈ ਚੱਜ ਦੀ ਪੱਗ ਨਹੀਂ, ਕੋਈ ਦਸਤਾਰ ਨਹੀਂ। ਇਸ ਤਰ੍ਹਾਂ ਦੀ ਕਹਿੰਦੇ ਨੰਗ ਜਿਹੜੀ ਹੋਵੇ, ਭਾਵ ਕਿ ਬਹੁਤਾ ਹੀ ਕੰਗਲਾ ਹੋਵੇ, ਤਨ ਕਰਕੇ ਵੀ ਨੰਗਾ ਹੀ ਰਹਿੰਦਾ ਹੋਵੇ, ਬਸਤਰ ਢੱਕਣ ਨੂੰ ਨਾ ਮਿਲਦੇ ਹੋਣ, ਜਾਂ ਨੰਗ ਹੁੰਦਾ ਕੰਗਾਲੀ ਬਹੁਤ ਹੀ ਹੋਵੇ ਜੇ ਕਿਸੇ ਦੇ ਘਰ ਦੇ ਵਿੱਚ, ਫਿਰ ਭੁੱਖ ਭੁੱਖਾ ਹੋਵੇ, ਭਾਵ ਇੱਕ ਸਮਾਂ ਜੇ ਕਦੇ ਰੋਟੀਆਂ ਦੋ ਮਿਲ ਗਈਆਂ, ਦੂਜੇ ਪਹਿਰ ਦੂਜੇ ਡੰਗ ਪ੍ਰਸ਼ਾਦੇ ਵਾਸਤੇ ਕੋਈ ਉਹਨੂੰ ਝਾਕ ਹੀ ਨਾ ਹੋਵੇ ਵੀ ਕਿਤੇ ਮੈਨੂੰ ਮਿਲੇਗੀ, ਭੁੱਖਮਰੀ ਦਾ ਹੀ ਸ਼ਿਕਾਰ ਹੋਵੇ, ਖਾਣ ਵਾਸਤੇ ਵੀ ਨਾ ਕੁਝ ਮਿਲੇ, ਕਹਿੰਦੇ ਨੰਗ ਭੁੱਖ ਦੀ ਪੀੜ ਹਰ ਸਮੇਂ ਸਤਾਉਂਦੀ ਹੋਵੇ, ਨਾ ਪਹਿਨਣ ਨੂੰ ਨਾ ਖਾਣ ਨੂੰ, ਸਰੀਰ ਕਮਜ਼ੋਰ ਦੁਬਲਾ ਹੈ, ਦਮੜਾ ਪੱਲੇ ਨਾ ਪਵੇ, ਤੇ ਜੇ ਕਿਤੇ ਕੋਈ ਕਿਸੇ ਦੀ ਕੋਈ ਮਿਹਨਤ ਮਜ਼ਦੂਰੀ ਕਰ ਆਵੇ ਤੇ ਤਾਂ ਵੀ ਕੋਈ ਦਮੜਾ ਕੋਈ ਰੁਪਈਆ ਪੈਸਾ ਪੱਲੇ ਨਾ ਪਵੇ, ਕੁਝ ਬਚੇ ਹੀ ਨਾ, ਉਹ ਦੇਣ ਵਾਲਿਆਂ ਦਾ ਪਹਿਲਾਂ ਹੀ ਵੀ ਉਹਦੇ ਕੋਲ ਲਿਆਂਦਾ ਸੀ ਮੰਗ ਕੇ, ਉਹਦੇ ਕੋਲ ਲਿਆਂਦਾ ਉਹ ਉੱਥੇ ਚਲਿਆ ਜਾਵੇ, ਇੱਕ ਦਮੜਾ ਵੀ ਜਿਹਦੇ ਪੱਲੇ ਨਾ ਪਵੇ, ਥੋੜੀ ਵੀ ਜਿਹਨੂੰ ਬਰਕਤ ਨਾ ਪੈਂਦੀ ਹੋਵੇ। ਮਾਂ ਕੋ ਦੇਵੇ ਧੀਰ, ਤੇ ਜਿਸ ਪੁਰਖ ਦਾ ਦੁੱਖ ਵੇਖ ਕੇ ਕੋਈ ਧੀਰਜ ਬਣਾ ਦੇਵੇ ਵੀ ਕੋਈ ਨੀ ਫਿਕਰ ਨਾ ਕਰ, ਅਸੀਂ ਹੈਗੇ ਆ ਨਾ ਤੇਰੇ ਪਿੱਛੇ ਖੜੇ ਆ, ਕੋਈ ਗੱਲ ਨਹੀਂ ਹੈ, ਇੰਨੀ ਗੱਲ ਕਹਿਣ ਵਾਲਾ ਵੀ ਕੋਈ ਨਾ ਹੋਵੇ, ਕੋਈ ਧੀਰਜ ਨਾ ਆਪ ਰਹੇ ਤੇ ਨਾ ਧੀਰਜ ਦੇਣ ਵਾਲਾ ਕੋਈ ਹੋਰ ਹੋਵੇ, ਕੋਈ ਛਾਪੜਾ ਹੀ ਨਾ ਦੇਵੇ ਵੀ ਕੋਈ ਗੱਲ ਨਹੀਂ ਹੈ, ਕਾਹਤੋਂ ਘਾਬਰਦਿਆਂ ਸਾਡੇ ਹੁੰਦੇ ਆ, ਇੰਨਾ ਵੀ ਕੁਝ ਕਹਿਣ ਵਾਲਾ ਨਾ ਹੋਵੇ। ਸਵਾਰਥ ਸਵਾਉ ਨਾ ਕੋ ਕਰੇ, ਫਿਰ ਪੰਚਮ ਪਾਤਸ਼ਾਹ ਕਹਿੰਦੇ ਵੀ ਜਿਵੇਂ ਦੁਨੀਆਂ ਦੀ ਰੀਤ ਹੈ ਨਾ ਵੀ ਓਦਾਂ ਆਪਣੇ ਮਤਬਲ ਤੋਂ ਬਗੈਰ ਅਸੀਂ ਕਿਸੇ ਦਾ ਕੰਮ ਨਹੀਂ ਕਰਦੇ, ਵੀ ਹੁੰਦਾ ਵੀ ਇਹਦੇ ਕੋਲ ਵੀ ਕੋਈ ਮਤਬਲ ਲਵਾਂਗੇ, ਚਲੋ ਅੱਜ ਇਹਦਾ ਕੰਮ ਕਰ ਦੋ, ਤੇ ਸਾਹਿਬ ਜੀ ਕਹਿੰਦੇ ਇਹੋ ਜਿਹਾ ਮੌਕਾ ਆ ਜਾਵੇ ਵੀ ਆਪਣੇ ਸਵਾਰਥ ਆਪਣੇ ਲਾਲਚ ਵਾਸਤੇ ਵੀ ਕੋਈ ਕੰਮ ਨਾ ਕਰੇ, ਪ੍ਰਯੋਜਨ ਨਾ ਕਰੇ, ਵੀ ਆਪਣਾ ਵੀ ਸਵਾਰਥ ਨਾ ਰੱਖੇ ਵੀ ਇਹਦੇ ਕੋਲ ਕੀ ਲੈਣਾ, ਇੱਥੋਂ ਤੀਕਰ ਕੋਈ ਮੂੰਹ ਮੋੜ ਲਵੇ ਵੀ ਆਪਣਾ ਕੋਈ ਸਵਾਰਥ ਰੱਖ ਕੇ ਵੀ ਚਲੋ ਅੱਜ ਇਹਦੀ ਬਾਂਹ ਮੈਂ ਫੜਦਾ, ਕੱਲ ਨੂੰ ਇਹ ਮੇਰੇ ਕਦੇ ਕੰਮ ਆਊਗਾ, ਇਹੋ ਜਿਹਾ ਆਪਣਾ ਲਾਲਚ ਰੱਖ ਕਰਕੇ ਵੀ ਜੇ ਕੋਈ ਕਿਸੇ ਦੀ ਮਦਦ ਕਰਨ ਵਾਲਾ ਨਾ ਬਚੇ, ਜਾਂ ਸਵਾਰਥ ਸਵਾਉ ਨਾ ਕੋ ਕਰੇ, ਆਪਣਾ ਵੀ ਕੋਈ ਮਨੋਰਥ ਜੇ ਕੋਈ ਮਨੁੱਖ ਪੂਰਾ ਨਾ ਕਰ ਸਕਦਾ ਹੋਵੇ,
ਹੋਰ ਕਿਸੇ ਦਾ ਵੀ ਕੋਈ ਕੰਮ ਕਰਨ ਜੋਗਾ ਨਾ ਹੋਵੇ। ਮੰਗ ਜੋਵੇ ਕਾਰਜ, ਪਾਤਸ਼ਾਹ ਕਹਿੰਦੇ ਗੱਲ ਵੀ ਕੋਈ ਕਾਰਜ ਹੁੰਦਾ ਹੀ ਨਾ ਹੋਵੇ ਉਹਦਾ, ਜਿਹੜੇ ਕੰਮ ਨੂੰ ਹੱਥ ਪਾਵੇ ਬਸ ਨੁਕਸਾਨ ਹੀ ਹੋਵੇ, ਕੋਈ ਕਾਰਜ ਹੀ ਨਾ ਨੇਪਰੇ ਚੜੇ। ਤੇ ਜੇ ਕੋਈ ਥੋੜਾ ਬਹੁਤ ਮਿਹਨਤ ਮਜ਼ਦੂਰੀ ਮੁਸ਼ਕਤ ਘਾਲ ਕਮਾਈ ਉਹ ਵੀ ਕੰਮ ਨਾ ਕਰ ਹੋਵੇ, ਉਹਦੇ ਕੋ ਜਿਹੜੇ ਕੰਮ ਵੱਲ ਜਾਵੇ ਉੱਥੋਂ ਹੀ ਜਵਾਬ ਮਿਲ ਜਾਵੇ। ਉਸ ਪਾਰ ਬ੍ਰਹਮ, ਐਡੇ ਦੁਖੀ ਮਨੁੱਖ ਨੂੰ, ਐਸੇ ਗਰੀਬ ਨੂੰ, ਐਸੇ ਕੰਗਲੇ ਭੁੱਖੇ ਨੰਗੇ ਨੂੰ ਜੇ ਕਿਤੇ ਰੱਬ ਚੇਤੇ ਆ ਜਾਵੇ ਨਾ, ਜੇ ਕਿਤੇ ਉਹਦੇ ਮਨ ਵਿੱਚ ਵਾਹਿਗੁਰੂ ਦੀ ਯਾਦ ਵੱਸ ਜਾਵੇ, ਗੁਰਾਂ ਦੀ ਕਿਰਪਾ ਨਾਲ ਉਹ ਜੇ ਕਿਤੇ ਸਿਮਰਨ ਕਰਨ ਲੱਗ ਪਵੇ, ਕਹਿੰਦੇ ਨਿਚਲ ਅਚਲ ਰਾਜ ਦੀ ਪ੍ਰਾਪਤੀ ਹੋ ਜਾਂਦੀ। ਜਿਵੇਂ ਧਰੂਵ ਨੂੰ 36 ਸਾਲ ਸੰਗਤ, 36,000 ਵਰੇ ਦਾ ਰਾਜ ਪ੍ਰਾਪਤ ਹੋ ਗਿਆ, ਕਿੱਥੇ ਦੇ ਮਾਂ ਨੇ ਬਾਹੋਂ ਫੜ ਕੇ ਚਪੇੜ ਮਾਰ ਕੇ ਮਤਰੇਈ ਨੇ ਪਿਓ ਦੀ ਗੋਦ ਤੋਂ ਉਤਾਰਤਾ, ਕਿੱਥੇ ਉਹੀ ਫਿਰ ਸਿਮਰਨ ਕਰਕੇ 36,000 ਵਰੇ ਰਾਜ ਕੀਤਾ ਉਸਨੇ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਰੱਬ ਦਾ ਨਾਮ ਸਭ ਤੋਂ ਉੱਤਮ ਹੈ। ਜੇ ਕੋਈ ਵੀ ਸਹਾਰਾ ਨਹੀਂ ਪਰ ਜੇ ਵਾਹਿਗੁਰੂ ਦਾ ਚੇਤਾ ਆਵੇ, ਕਿਉਂਕਿ ਲੋਕ ਮਰ ਤਾਂ ਜਾਂਦੇ ਨੇ ਦੁਖੀ ਹੋ ਕੇ ਪਰ ਨਾਮ ਨਹੀਂ ਜਪਦੇ, ਸਿਮਰਨ ਤੇ ਭਰੋਸਾ ਨਹੀਂ ਅਸੀਂ ਕਰਦੇ, ਤਾਂ ਮਹਾਰਾਜ ਕਹਿ ਦਿੰਦੇ ਵੀ ਜੇ ਕਿਤੇ ਸਾਡੇ ਮਨ ਵਿੱਚ ਵਾਹਿਗੁਰੂ ਦਾ ਚੇਤਾ ਆਵੇ, ਐਸੀ ਬਿਵਤਾ ਵਿੱਚ ਫਸਿਆ ਹੋਇਆ ਨੂੰ ਵੀ ਧਰੂ ਵਾਂਗੂ ਰਾਜ ਭਾਗ ਮਿਲ ਜਾਵੇ। ਇਹ ਪਾਵਨ ਸ਼ਬਦ ਵਿੱਚ ਕਈ ਸਾਖੀਆਂ ਦੀਆਂ ਉਦਾਹਰਣਾਂ ਲੱਗ ਸਕਦੀਆਂ ਸਨ, ਪਰ ਕਿਉਂਕਿ ਅੱਜ ਦਿਹਾੜੇ ਵੀ ਦੋ ਨੇ ਉਹ ਵੀ ਵਿਚਾਰ ਕਰਨੀ, ਤਾਂ ਕਰਕੇ ਸੰਖੇਪ ਹੀ ਆਪਾਂ ਅਰਥ ਸੁਣ ਰਹੇ ਹਾਂ। ਇਹਦੇ ਵਿੱਚ ਵੀ ਮਹਾਰਾਜ ਸਾਨੂੰ ਨਾਮ ਦੀ ਮਹਾਨਤਾ ਕਹਿ ਰਹੇ ਨੇ ਵੀ ਨਿਚਲ ਅਚਲ ਰਾਜ ਦੀ ਪ੍ਰਾਪਤੀ ਹੋ ਜਾਂਦੀ ਹੈ ਸਿਮਰਨ ਦਾ ਸਦਕਾ ਧਰੂ ਵਾਂਗ। ਪਾਤਸ਼ਾਹ ਕਹਿੰਦੇ ਵੀ ਜਿਸ ਮਨੁੱਖ ਨੂੰ ਮਾਇਆ ਵੱਲੋਂ ਚਿੰਤਾ ਹੋਵੇ ਦੇਣੇ ਲੈਣੇ ਦੀ, ਹੋਰ ਵੀ ਕਈ ਪ੍ਰਕਾਰ ਦੀ ਚਿੰਤਾ ਆਪਣੀ ਪਰਿਵਾਰ ਦੀ, ਕੁਟੁੰਬ ਦੀ, ਸੰਬੰਧੀਆਂ ਦੀ ਬਣੀ ਰਹੇ, ਬਹੁਤ ਸਾਰੇ ਵੈਦਾਂ ਹਕੀਮਾਂ ਕੋਲ ਜਾਵੇ, ਆਪਣੀ ਬਹੁਤ ਚਿੰਤਾ ਹੋਵੇ, ਰੋਗਾਂ ਦੀ ਚਿੰਤਾ ਹੋਵੇ, ਦੇਹੀ ਨੂੰ ਕਈ ਤਰ੍ਹਾਂ ਦੇ ਅਸਾਧ ਰੋਗ ਲੱਗੇ ਹੋਣ, ਬਿਮਾਰੀਆਂ ਐਸੀਆਂ ਵੀ ਉਹਨਾਂ ਦਾ ਨਾਂ ਸੁਣ ਕੇ ਲੋਕ ਲਾਗੇ ਨਾ ਲੱਗਣ, ਵੈਦ ਹਕੀਮਾਂ ਦੀ ਕੋਈ ਦਵਾ ਕੰਮ ਨਾ ਕਰੇ, ਕੋਈ ਦਾਰੂ ਕੰਮ ਨਾ ਕਰੇ। ਇਸ ਤਰ੍ਹਾਂ ਮਨੁੱਖ ਰੋਗੀ ਵੀ ਹੋਵੇ ਤੇ ਚਿੰਤਾ ਵਿੱਚ ਵੀ ਭਾਵੇਂ ਬਹੁਤਾ ਗਰਸਿਆ ਹੋਵੇ, ਗ੍ਰਸਤ ਕੁਟੁੰਬ ਪਲੇਟਿਆ, ਗ੍ਰਸਤੀ ਹੋਵੇ ਤੇ ਗ੍ਰਸਤ ਹੋਣ ਕਰਕੇ ਫਿਰ ਆਪਣੇ ਕੁਟੁੰਬ, ਆਪਣੇ ਪਰਿਵਾਰ, ਧੀਆਂ ਪੁੱਤਰ, ਘਰ ਵਾਲੀ, ਮਾਂ ਬਾਪ, ਉਹ ਸਾਰੇ ਪਰਿਵਾਰ ਦੇ ਮੋਹ ਦੇ ਵਿੱਚ, ਗ੍ਰਸਤ ਦੇ ਕੰਮਾਂ ਵਿੱਚ ਹੀ ਪਲੇਟਿਆ ਭਾਵ ਫਸਿਆ ਹੋਵੇ, ਹਰ ਵੇਲੇ ਆਪਣੇ ਘਰ ਦੇ ਕੰਮਾਂ ਦੇ ਵਿੱਚੋਂ ਹੀ ਉਹਨੂੰ ਵਿਹਲ ਹੀ ਨਾ ਮਿਲੇ, ਕਦੇ ਅਰਖ ਕਦੇ ਸੋਗ, ਤੇ ਫਿਰ ਗ੍ਰਸਤੀ ਹੈ, ਪਰਿਵਾਰ ਵਧਿਆ, ਕਦੀ ਕੋਈ ਜੰਮ ਪਿਆ ਉਹਦੀ ਖੁਸ਼ੀ ਮਨਾ ਲਈ, ਫਿਰ ਮਰ ਗਿਆ ਸੋਗ ਮਨਾ ਲਿਆ। ਕਹਿੰਦੇ ਇਹਨਾਂ ਚੀਜ਼ਾਂ ਜੀ ਦੁੱਖ ਸੁੱਖ ਦੇ ਵਿੱਚ, ਹਰਖ ਸੋਗ ਦੇ ਵਿੱਚ ਫਸਿਆ ਰਹੇ, ਪਰਿਵਾਰ ਦੀ ਚਿੰਤਾ ਕਰਕੇ ਦੁਖੀ ਹੋਵੇ, ਰੋਗੀ ਬਿਮਾਰੀਆਂ ਨਾ ਘੇਰਿਆ ਹੋਵੇ, ਗੌਣ ਕਰੇ ਚੌਕੁੰਟਕਾ, ਤੇ ਫਿਰ ਇੰਨਾ ਕਹਿੰਦੇ ਵੀ ਦੁਖੀ ਹੋਵੇ ਵੀ ਇਹਨਾਂ ਦੁੱਖਾਂ ਨੂੰ ਦੂਰ ਕਰਨ ਵਾਸਤੇ ਚੌਹਾਂ ਕੁੰਟਾਂ 'ਚ ਚਾਰ ਸਫੇਰੇ ਸਭ ਥਾਵਾਂ 'ਤੇ ਤੁਰਿਆ ਫਿਰੇ ਵੀ ਕਦੇ ਇੱਧਰ ਚਲਿਆ ਜਾਵਾਂ ਮੇਰੇ ਰੋਗ ਮਿਟ ਜਾਣ, ਇੱਧਰ ਚਲਿਆ ਜਾਵਾਂ ਮੇਰਾ ਟੱਬਰ ਪਲ ਜੇ, ਇੱਧਰ ਚਲਾ ਜਾਵਾਂ ਮੇਰਾ ਕੋਈ ਕੰਮ ਬਣ ਜੇ, ਇਵੇਂ ਮਾਇਆ ਵਾਸਤੇ ਚਾਰ ਸਫੇਰੇ ਚੌਹਾਂ ਕੁੰਟਾਂ ਵਿੱਚ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਤੀਕਰ ਵੀ ਕਹਿੰਦੇ ਵੀ ਤੁਰਿਆ ਫਿਰੇ ਪੈਸੇ ਕਮਾਉਣ ਨੂੰ, ਇੰਨਾ ਮਿਹਨਤ ਕਰੇ ਰਾਤ ਦਿਨ ਵੀ ਘੜੀ ਵੀ ਬਹਿਣ ਸੌਣ ਨੂੰ ਸਮਾਂ ਨਾ ਪ੍ਰਾਪਤ ਹੋਵੇ, ਭਾਵ ਹਰ ਸਮੇਂ ਚੱਲ ਸੋ ਚੱਲ ਯਤਨ ਕਰਦਾ ਹੀ ਰਹੇ, ਤੇ ਜਿਹੜਾ ਬਹੁਤਾ ਫਿਰ ਕੰਮ ਕਰਦਾ, ਜਿਹਨੂੰ ਬਹਿਣ ਖਲੋਣ ਨੂੰ ਥਾਂ ਨਹੀਂ ਮਿਲਦੀ, ਜਿਹਨੂੰ ਸੌਣ ਨੂੰ ਸਮਾਂ ਨਹੀਂ ਮਿਲਦਾ, ਉਹ ਫਿਰ ਤਪਦਾ ਹੀ ਹੈ ਨਾ। ਕਹਿੰਦੇ ਵੀ ਇਹਨਾਂ ਚੀਜ਼ਾਂ ਨਾਲ ਤਪਦਾ ਹੋਵੇ, ਦੁਖੀ ਹੋਵੇ, ਹਰ ਸਮੇਂ ਕੰਮ ਕਰੇ, ਉਸ ਪਾਰ ਬ੍ਰਹਮ, ਕਹਿੰਦੇ ਉਹ ਤਪਿਆ ਹੋਇਆ ਵੀ ਸ਼ਾਂਤ ਹੋ ਸਕਦਾ, ਉਹ ਬਿਮਾਰੀਆਂ ਨਾਲ ਘਿਰਿਆ ਵੀ ਅਰੋਗ ਹੋ ਸਕਦਾ, ਉਹਦੇ ਦੁੱਖ ਕੱਟੇ ਜਾ ਸਕਦੇ, ਗ੍ਰਸਤ ਦੀ ਚਿੰਤਾ ਮੁੱਕ ਸਕਦੀ, ਪਰ ਕਿਵੇਂ? ਮਹਾਰਾਜ ਸਾਹਿਬ ਜੀ ਕਹਿੰਦੇ ਹਨ ਚੇਤੇ ਆਵੇ ਉਸ ਪਾਰ ਬ੍ਰਹਮ, ਜੇ ਉਹਨੂੰ ਕਿਤੇ ਰੱਬ ਚੇਤੇ ਆਵੇ ਨਾ ਇੰਨੀ ਚਿੰਤਾ ਕਰਨ ਨਾਲੋਂ, ਜੇ ਉਹ ਚਿੰਤਨ ਕਰੇ, ਫਿਕਰ ਕਰਨ ਦੇ ਨਾਲੋਂ ਸਿਮਰਨ ਕਰੇ,
ਕਹਿੰਦੇ ਵੀ ਲੋਕਾਂ ਦੇ ਦੋਸ਼ ਆਰੋਪਣ ਨਾਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰੇ, ਇਹੋ ਜੀ ਤਪਸ਼ ਦੇ ਵਿੱਚੋਂ ਚਿੱਤ ਆਵੇ, ਉਸ ਪਾਰ ਬ੍ਰਹਮ ਦੇ ਉਸ ਬਿਪਤਾ ਚ ਫਸੇ ਮਨੁੱਖ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਚਿੱਤ ਵਿੱਚ ਆ ਕੇ ਵਸ ਜਾਵੇ, ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਵੇ ਗੁਰਾਂ ਦੀ ਕਿਰਪਾ ਨਾਲ, ਤਨ ਮਨ ਸੀਤਲ ਹੋਵੇ, ਤੇ ਉਹਦਾ ਤਨ ਮਨ ਕਹਿੰਦੇ ਸੀਤਲ ਹੋ ਸਕਦਾ ਜਿਹੜਾ ਹਰ ਸਮੇਂ ਰੋਗਾਂ ਨਾ ਚਿੰਤਾ ਨਾ ਫਿਕਰ ਨਾ ਤਪਦਾ ਰਹਿੰਦਾ ਹੈ, ਸਿਮਰਨ ਦਾ ਸਦਕਾ ਉਹਦੇ ਅੰਦਰ ਠੰਡ ਵਰਤ ਜਾਏਗੀ, ਆਨੰਦ ਵਰਤ ਜਾਏਗਾ। ਕਾਮ ਕ੍ਰੋਧ ਮੋਹ ਵਸ ਕੀਆ, ਸਤ ਸੰਗਤ ਜੀ ਫਿਰ ਪਹਿਲੀਆਂ ਤਿੰਨ ਪੌੜੀਆਂ 'ਚ ਤਾਂ ਗ੍ਰਿਸਤੀ ਜਿਹੜੇ ਦੁਖੀ ਨੇ ਉਹਨਾਂ ਦੀ ਗੱਲ ਕੀਤੀ ਹੈ, ਫਿਰ ਅੱਗੇ ਜਿਹੜੇ ਕੋਈ ਮਾੜੇ ਕਰਮ ਕਰਨ ਵਾਲੇ ਨੇ ਨਾ, ਜਿਵੇਂ ਕਾਮ ਕਾਮੀ ਹੋਣ, ਕਾਮ ਵਾਸ਼ਨਾ ਦੇ ਸਤਾਏ, ਕਾਮ ਕਰਕੇ ਤੜਫਦੇ ਰਹਿਣ, ਜੀਵਨ ਅਪਵਿੱਤਰ ਹੋਵੇ, ਗੰਦਲਾ ਆਚਰਣ ਹੋ ਜਾਵੇ, ਕਾਮ ਨੇ ਘੇਰਿਆ ਹੋਵੇ ਕ੍ਰੋਧ, ਫਿਰ ਕ੍ਰੋਧ ਕਰਕੇ ਕਹਿੰਦੇ ਸੜਦਾ ਬਲਦਾ ਰਹੇ, ਹਰ ਇੱਕ ਦੇ ਨਾਲ ਦੰਦੀਆਂ ਕਰੀਚੇ ਲਾਲ ਅੱਖਾਂ ਕਰਕੇ ਮੱਥੇ ਦੇ ਤਿਊੜੀਆਂ ਪਾ ਕੇ ਵੇਖੇ, ਕਾਮ ਕ੍ਰੋਧ ਮੋਹੇ ਵਸ ਕੀਆ, ਤੇ ਫਿਰ ਮੋਹ ਨੇ ਵਸ ਕੀਤਾ ਹੋਵੇ, ਮੋਹ ਦੇ ਵਸ ਵਿੱਚ ਹੋਇਆ ਰੋਣੇ ਹੀ ਰੋਂਦਾ ਰਹੇ, ਮਰ ਗਏ ਲੁੱਟੇ ਗਏ ਬਣਿਆ ਕੁਝ ਨਾ, ਹਰ ਸਮੇਂ ਦੁਖੀ ਰਹੇ। ਫਿਰ ਕਹਿੰਦੇ ਭਾਵੇਂ ਧਨ ਤਾਂ ਕੋਲ ਹੋਵੇ ਪਰ ਸੂਮ ਹੋਵੇ, ਕਿਤੇ ਉਹਨੂੰ ਚੰਗੇ ਪਾਸੇ ਵੀ ਨਾ ਵਰਤੇ, ਆਪਣੇ ਲਈ ਵੀ ਨਾ ਵਰਤੇ, ਕਿਰਪਨ ਹੋਵੇ, ਲੋਭੀ ਹੋਵੇ, ਮਾਇਆ ਨਾਲ ਹੀ ਜਿਹਦਾ ਪਿਆਰ ਹੋਵੇ ਉਹਦੇ ਕਰਕੇ ਵੀ ਉਹਨੂੰ ਦੁੱਖ ਵਿਆਪਦੇ ਹਨ। ਚਾਰੇ ਕਿਲਵਖ ਉਨ ਅੱਗ ਕੀਏ, ਫਿਰ ਚਾਰੇ ਕਿਲਵਖ ਉਨ ਅੱਗ ਕੀਏ, ਉਸ ਪੁਰਖ ਨੇ ਕਹਿੰਦੇ ਵੀ ਚਾਰੇ ਹੀ ਜਿਹੜੇ ਪਾਪ ਕੀਤੇ ਹੋਣ, ਚਾਰ ਪਾਪ ਕਿਹੜੇ ਹਨ, ਬ੍ਰਾਹਮਣ ਕੈਲੀ ਕਾਜ ਕੰਜਕਾ ਅਣਚਾਰੀ ਕਾ ਤਾਨ, ਬ੍ਰਾਹਮਣ ਬ੍ਰਹਮ ਗਿਆਨੀ ਕੋਈ ਰੱਬ ਦਾ ਪਿਆਰਾ ਉਹਦਾ ਕਤਲ ਕਰ ਦੇਣਾ, ਤੇ ਬ੍ਰਾਹਮਣ ਕੈਲੀ ਘਾਤ ਕੈਲੀ ਕਾਲੀ ਗਊ ਜਿਹੜੀ ਬੇਜ਼ਬਾਨੀ ਉਹਨੂੰ ਮਾਰ ਦੇਣਾ, ਅਤੇ ਕੰਜਕਾ ਧੀ ਭੈਣ ਨੂੰ ਮਾਰਨਾ ਜਾਂ ਉਹਨੂੰ ਵੇਚ ਕੇ ਉਹਦਾ ਪੈਸਾ ਖਾਣਾ, ਤੇ ਫਿਰ ਅੱਗੇ ਕਹਿੰਦੇ ਅਣਚਾਰੀ ਕਾ ਧਾਨ, ਜਿਹੜੀ ਵੇਸ਼ਵਾ ਹੋਵੇ ਜਿਹਦਾ ਕੋਈ ਆਚਰਣ ਨਾ ਹੋਵੇ ਜਿਹਨਾਂ ਪੁਰਖਾਂ ਦਾ, ਉਹਨਾਂ ਕੋਲ ਲੈ ਕੇ ਰੋਟੀ ਪ੍ਰਸ਼ਾਦਾ ਛਕਣਾ, ਇਹ ਚਾਰ ਪਾਪ ਹਨ, ਬ੍ਰਹਮ ਗਿਆਨੀ ਨੂੰ ਮਾਰਨਾ, ਕਿਸੇ ਧੀ ਨੂੰ ਮਾਰਨਾ ਜਾਂ ਵੇਚ ਦੇਣਾ, ਜਾਂ ਕਿਸੇ ਗਊ ਦਾ ਵੱਧ ਕਰਨਾ, ਤੇ ਜਾਂ ਕਿਤੇ ਰਹਿਤ ਬੰਤ ਨਹੀਂ ਹੈ ਤੇ ਉਹਦੇ ਕੋਲੋਂ ਲੈ ਕੇ ਕੁਝ ਖਾਈ ਪੀ ਜਾਣਾ, ਇਹਨਾਂ ਨੂੰ ਸਭ ਤੋਂ ਵੱਡੇ ਪਾਪ ਮੰਨਦੇ ਹਨ। ਵਿਭਚਾਰੀਆਂ ਦਾ ਭੋਜਨ ਖਾਣਾ ਵੀ ਇੱਕ ਪਾਪ ਹੈ ਮਾੜੇ ਕਰਮੀਆਂ ਦਾ, ਤਾਂ ਹੀ ਉਹ ਗੁਰੂ ਸਾਹਿਬ ਨਹੀਂ ਸੀ ਗਏ ਨਾ ਮਲਕ ਭਾਗੋ ਵੱਲ, ਇਹ ਵੀ ਪਾਪ ਕਰਮ ਹੈ। ਸੋ ਇਸ ਪ੍ਰਕਾਰ ਇਹ ਚਾਰ ਤਰ੍ਹਾਂ ਦੇ ਵੀ ਕਹਿੰਦੇ ਵੀ ਜੇ ਕਿਸੇ ਕੋਲ ਪਿਛਲੇ ਸਮੇਂ 'ਚ ਪਾਪ ਹੋ ਗਏ ਹੋਣ ਨਾ, ਹੈ ਤਾਂ ਮਾੜੇ ਨੇ, ਪਰ ਜੇ ਕੋਈ ਕਾਰੀ ਬੈਠਾ ਹੋਵੇ ਐਡਾ ਵੱਡਾ ਪਾਪੀ ਹੋਵੇ ਤੇ ਇਸ ਤੋਂ ਇਲਾਵਾ ਵੀ ਹੋਰ ਕਈ ਗੁਨਾਹਾਂ ਦਾ ਭਾਰ ਚੱਕੀ ਫਿਰੇ ਸਿਰ ਤੇ, ਅਸੁਰ ਸੰਘਾਰ, ਤੇ ਕਹਿੰਦੇ ਬਸ ਅਸੁਰ ਦੈਂਤ ਹੀ ਬਣਿਆ ਹੋਵੇ ਵੀ ਹਰ ਇੱਕ ਨੂੰ ਸੰਘਾਰਦਾ ਮਾਰਦਾ ਹੀ ਰਹੇ, ਜਾਂ ਲੋਕ ਕਹਿਣ ਵੀ ਇਸ ਦੈਂਤ ਨੂੰ ਮਾਰ ਹੀ ਦਿਓ, ਜਿਵੇਂ ਸੱਪ ਨੂੰ ਵੇਖ ਕੇ ਹਰ ਕੋਈ ਮਾਰਨ ਨੂੰ ਹੀ ਦੌੜਦਾ ਹੈ ਨਾ, ਇੰਨਾ ਮਾੜਾ ਹੋਵੇ ਵੀ ਉਹਦਾ ਮਰਿਆ ਹੀ ਸਾਰੇ ਲੋਚਦੇ ਹੋਣ ਵੀ ਇਹ ਮਾਰੀ ਜਾਵੇ ਖਾਂ ਪਰਾਂ, ਇਹ ਗਲੋਂ ਲੈ ਹੀ ਜਾਵੇ ਖਾਂ, ਕਿੱਥੇ ਪਾਪੀ ਪਿੱਛੇ ਚੰਬੜਿਆ, ਇਸ ਤਰ੍ਹਾਂ ਦੀਆਂ ਕੋਈ ਬੇਨਤੀਆਂ ਕਰਦੇ ਹੋਣ ਵੀ ਮਰੇ ਪਰਾਂ ਇਹ ਦੈਂਤ ਕਿੱਥੋਂ ਸਾਨੂੰ ਚੰਬੜਿਆ ਹੈ, ਇਹੋ ਜਿਹਾ ਕਹਿੰਦੇ ਵੀ ਜੀਵਨ ਮਾੜਾ ਹੋਵੇ ਜਿਸ ਪੁਰਖ ਦਾ। ਪੋਥੀ ਗੀਤ ਕਵਿਤ ਕੇਸ਼, ਕਵਿਤ ਪੋਥੀ ਗੀਤ ਕਵਿਤ ਕੇਸ਼, ਕਹਿੰਦੇ ਵੀ ਨਾ ਤਾਂ ਕਿਸੇ ਪੋਥੀ ਧਾਰਮਿਕ ਗ੍ਰੰਥ ਨੂੰ ਪੜ੍ਹਿਆ ਸੁਣਿਆ ਹੋਵੇ, ਗੀਤ ਹੁੰਦੇ ਪਰਮੇਸ਼ਰ ਦੇ ਜਸ ਦੇ ਗੀਤ ਜਿਹੜੇ ਉਹ ਨਾ ਗਾਏ ਹੋਣ, ਅਤੇ ਕਵਿਤ ਜਿਹਦੇ ਵਿੱਚ ਰੱਬ ਦੇ ਪਿਆਰਿਆਂ ਦੀ ਕੋਈ ਮਹਿਮਾ ਦੀ ਛੰਦਾਬੰਦੀ ਹੋਵੇ, ਰੱਬ ਦੇ ਪਿਆਰਿਆਂ ਦੀ ਕੋਈ ਮਹਿਮਾ ਵੀ ਜਿਸ ਨੇ ਕਦੀ ਵੀ ਸੁਣੀ ਨਾ ਹੋਵੇ, ਕਦੇ ਨਾ ਕਰਨ ਧਰਿਆ, ਕਹਿੰਦੇ ਕਦੇ ਵੀ ਆਪਣੀ ਜ਼ਿੰਦਗੀ 'ਚ ਜਿਸ ਬੰਦੇ ਨੇ ਕਦੀ ਰੱਬ ਦਾ ਨਾਂ ਕੰਨਾਂ 'ਚ ਧਰਿਆ ਹੀ ਨਾ ਹੋਵੇ, ਭਾਵ ਆਪਣੇ ਅੰਦਰ ਵਸਾਇਆ ਹੀ ਨਾ ਹੋਵੇ, ਸੁਣਿਆ ਸੁਣਿਆ ਬਸ ਐਵੇਂ ਹੀ, ਕਹਿੰਦੇ ਇਹ ਤਾਂ ਐਵੇਂ ਹੀ ਬੋਲਦੇ ਆ, ਇਹ ਤਾਂ ਐਵੇਂ ਹੀ ਕਹਿੰਦੇ ਆ, ਸਿਮਰਨ ਕਰੋ ਐਵੇਂ ਹੀ ਕਹਿੰਦੇ, ਸੇਵਾ ਕਰੋ, ਬਸ ਇਹੋ ਜਿਹੀਆਂ ਗੱਲਾਂ ਢੁੱਚਰ ਜੇ ਡਾਹ ਕੇ ਸਾਰੀ ਉਮਰ ਹੀ ਕਹਿੰਦੇ ਖਰਾਬ ਕਰ ਲਈ ਹੋਵੇ, ਕਦੇ ਵੀ ਧਰਮ ਗ੍ਰੰਥ ਰੱਬ ਦੀ ਮਹਿਮਾ ਮਹਾਂਪੁਰਖਾਂ ਦੀ ਵਡਿਆਈ
अपने कन्ना विच किसे ने सुन के धारनी ना कीती होवे एडा वड्डा गुनाही भी कोई होवे जे उस पार ब्रह्म वड्डे तो वड्डे पापी गुनाही कामी क्रोधी नू महाराज कहिंदे जे गुरां दी कृपा दे नाल चित विच पार ब्रह्म परमेश्वर आ के वस जावे ना वाहेगुरु दा नाम जे उन्हां पापियां दे मन विच वी वस जावे जिन्हां पिछले समय पाप कीते हन तां निमक सिमरत तरिया जिवें अजामल सिमरन करके तर गया सी ना अजामल पापी जग जाने निमक माहे निस्तारा एवें पातशाह कहिंदे वी ओ पापी तों वड्डा गुनाही पुरख वी नाम दा सदका इक निमक जी सिमरन करके तर गया समझो जे सिमरन ओदे को हो गया पाप सिमरन दा एडा महात्म क्या ए चार पौड़ियां पहलियां च दस्या भी जेड़े हैं दुखी ने कोई पापी ने कोई भुखे रंगे हन चिंता फिकर च ने ओ भी जे सिमरन करन लग पैण तां उहनां दे दुख झट ही कटे जा सकदे ने अगे हुण जेड़े सच दे चंगे जिन्हां कोल सरदा बणदा है सब कुछ होवे पर नाम ना होवे तां ओह वी दुखी रहिंदे ने इह दसदे हन हुण अगलियां चार पौड़ियां च सासत सिमरत वेद चार तां कोई एडा विद्वान होवे भी शास्त्र शास्त्र छे शास्त्र पढ़िया होवे वेदांत आदिक अते सिमरत सताई सिमरतियां ते वेद चार चौवें वेद जुजर अथर बने आदक इन्हां दा पाठ करदा होवे हर समय मुखागर बिचरे ते कला पाठ ही ना करे मुखागर मुख दा अगर भाग भाव के अपने मुंह तो जबानी ही बिना ग्रंथ पोथियां वेखियां ही सब पाठ भी करी जावे इन्हां ग्रंथां दा ते इन्हां दे अर्थ कर करके अखर नखेड़ नखेड़ के ते ए अर्थ करे ते बड़ी चलंत जबान होवे एडा वड्डा विद्वान होवे तपे तपीसर जोगिया फिर कोई तपे तप करदा होवे पांच धूनियां ताके कला तपिया ही ना होवे तप करदियां करदियां तपीसर तपियां दा भी ईश्वर बन जावे भाव सब तो वड्डा तपिया बन जावे बहुत वड्डा कवे भी इह तप करन वाला है जोगिया जोगिया ना मिल करके जोग आसन लावे दसम द्वार वे सवास चढ़ाउंदा होवे है तां बड़ियां मशक्कतां बड़ा औखा है सब काम पर पंजवें पातशाह कहिंदे कोई इह भी करदा होवे तपे तपीसर जोगिया भी दसम द्वार वे जोगिया वांगू साह चढ़ा लैंदा होवे तीर्थ गमन करे जिन्ने भी दुनिया विच धार्मिक स्थान तीर्थ ने सारिया दी यात्रा कर आवे हर समय यात्रा ही करदा रहे खट कर्मा ते दो गुणे खट कर्मा ते दो गुणे दो दो गुणे भाव के छे कर्म तो करदा ही होवे छे कर्म केड़े हन जिवें पंडित जग करने करौना दान देना ते दान लैना विद्या पढ़नी ते पढ़ाउणी इस तरह ये छे कर्म तो करदा होवे तो दुगुणे दो गुणा भाव बारह होर कर्म भी करे जिवें संध्या करनी तर्पण इशनान फिर गायत्री मंत्र दा पाठ अतिथि पूज करे देव अर्चन करे इस तरह दे बारह कर्म भी कहिंदे करदा होवे पूजा करता नाए नाए खिच के बोलना पूजा करता नाए नाए की नाम है इशनान दा कहिंदे इशनान करके फिर बह के ठाकरां नूं धूप वट्टी तुखा के उन्हां दी पूजा करन वाला भी भावें कोई होवे रंग ना लगी पार ब्रह्म पर एडा वड्डा पढ़िया लिखिया पंडित विद्वान कहिंदे करमी होण दा की फायदा जे पार ब्रह्म परमेश्वर दा रंग ही नहीं लगा जे ये सब कर्म करदे आ वाहिगुरु दा दिल विच प्रेम ही नहीं है जे नाम ही नहीं अंदर चलिया तां सर पर नरके जाए तां महाराज कहिंदे गल पल्ले बन लो सर पर जरूर बर जरूर ओह नरकां च जाऊगा अपने आप नूं धर्मी अखवाउणा इह कोई बहुती वड्डी गल नहीं जे परमेश्वर दे नाम दा प्रेम नहीं है तां पातशाह कहिंदे सब धर्म कर्म करन वाले भी नरकां नूं जरूर ही जाणगे इक दिन राज मिलक सिखदारिया फिर राजा होवे रजवाड़ियां दा मिलक हुंदा है जगीरदार होवे चंगियां जगीरां जमीनां जायदादां होण सिखदारियां चौधरी होवे अफसर होवे कोई पंच सरपंच कोई भी अफसर बनिया होवे रस भोगण विस्थार छे तरह दे रस कहे ने छत्ती तरह दे भोजन कहे ने छे तरह दे रस छत्ती तरह दे भोजन
ਇਹਦਾ ਵਿਸਥਾਰ ਨਿਤ ਨਵੇਂ ਤੋਂ ਨਵਾਂ ਪਦਾਰਥ ਖਾਣ ਨੂੰ ਵੀ ਭਾਵ ਹੈ ਕਿ ਮਿਲਦਾ ਹੋਵੇ। ਬਹੁਤ ਹੀ ਪਦਾਰਥਾਂ ਨੂੰ ਭੋਗੇ, ਤਰ੍ਹਾਂ ਤਰ੍ਹਾਂ ਦੀਆਂ ਨਿਤ ਨਵੀਆਂ ਵਸਤੂਆਂ ਖਾਵੇ। ਬਾਗ ਸੁਹਾਵੇ ਸੋਹਣੇ ਸੋਹਣੇ ਬਾਗ ਬਗੀਚੇ ਬਣਾਏ ਹੋਣ ਸੈਰ ਕਰਨ ਵਾਸਤੇ, ਜਿੱਥੋਂ ਫੁੱਲਾਂ ਦੇ ਗੁਲਦਸਤੇ ਬਣ ਬਣ ਕੇ ਆਉਣ, ਖਾਣ ਲਈ ਤਾਜ਼ੇ ਫਲ ਆਉਣ ਰੋਜ਼, ਤੇ ਫਿਰ ਬਾਗਾਂ ਦੇ ਵਿੱਚ ਹੀ ਗਰਮੀਆਂ ਦੀ ਰੁੱਤ ਕੱਟਣ ਦੇ ਲਈ ਸੋਹਣੇ ਮੰਦਰ ਮਕਾਨ ਚੁਬਾਰੇ ਵੀ ਬਣਾਏ ਹੋਣ। ਇਸ ਤਰ੍ਹਾਂ ਸੋਹਣੇ ਸੁਹਾਵੇ ਬਾਗ ਬਗੀਚੇ ਹੋਣ, ਨਿਤ ਫਲ ਤੇ ਫੁੱਲ ਆਉਂਦੇ ਹੋਣ, ਉਹਦੇ ਵਿੱਚ ਰਹਿਣ ਨੂੰ ਸ਼ੀਸ਼ ਮਹਿਲ ਬਣਾਏ ਹੋਣ ਜਾਂ ਚੁਬਾਰੇ ਬਣਾਏ ਹੋਣ, ਸੋਹਣੇ ਮੰਦਰਾਂ ਵਿੱਚ ਵਸਦਾ ਹੋਵੇ। ਚੱਲੇ ਹੁਕਮ ਭਾਰ ਚੱਲੇ ਹੁਕਮ ਹੁਕਮ ਚੱਲੇ, ਬਸ ਜਿਹੜੀ ਗੱਲ ਕਹਿਤੀ ਹੋ ਗਈ। ਜਿੱਦਾਂ ਕੋਈ ਕੰਮ ਨਾ ਹੋਵੇ, ਕਹਿੰਦਾ ਤੈਨੂੰ ਪਤਾ ਨਾ ਵੀ ਮੈਂ ਜੋ ਕਹਿਤਾ ਉਹ ਕਰਨਾ ਹੀ ਪੈਣਾ। ਇਸ ਤਰ੍ਹਾਂ ਦਾ ਅਫਾਰ ਅਮੋੜ ਹੋਵੇ ਵੀ ਜਿਹੜਾ ਮੈਂ ਹੁਕਮ ਕਰਤਾ ਹੁਣ ਮੰਨਣਾ ਹੀ ਪਊ, ਜੇ ਨਹੀਂ ਮੰਨੇਗਾ ਤੇ ਫਿਰ ਮੈਂ ਤੈਨੂੰ ਦੇਖੂ। ਸੋ ਪਾਤਸ਼ਾਹ ਕਹਿੰਦੇ ਇੱਦਾਂ ਹੁਕਮ ਚੱਲਦਾ ਹੋਵੇ, ਅਮੋੜ ਹੋਵੇ, ਕਿਸੇ ਕੋ ਮੋੜਿਆ ਨਾ ਜਾਵੇ, ਉਹਨੂੰ ਇਹੋ ਹੀ ਹੰਕਾਰ ਹੋਵੇ ਵੀ ਮੇਰੀ ਕਲਮ ਚੱਲਦੀ, ਮੇਰਾ ਹੁਕਮ ਚੱਲਦਾ, ਜੇ ਨਹੀਂ ਕੋਈ ਮੰਨੂਗਾ ਮੈਂ ਭਾਜੜਾਂ ਪਾ ਦਿਆਂਗਾ। ਐਡਾ ਵੱਡਾ ਹੰਕਾਰੀ ਹੋਵੇ ਹੁਕਮ ਚਲਾਉਣ ਵਾਲਾ, ਤੇ ਸਾਰੇ ਡਰਦੇ ਮੰਨਦੇ ਵੀ ਹੋਣ ਗੱਲ। ਰੰਗ ਤਮਾਸ਼ੇ ਬਹੁ ਵਿਧੀ ਫਿਰ ਰੰਗ ਵੇਸ਼ਵਾ ਦੇ ਨਾਚ ਵੇਖਣ ਦਾ ਸ਼ੌਕੀਨ ਹੋਵੇ, ਵੇਸ਼ਵਾ ਦੁਆਰੇ ਜਾ ਕੇ ਨਾਟਕ ਫਿਰ ਤਮਾਸ਼ੇ ਨਾਟ ਜਿਹੜੇ ਨਟ ਨਾਟਕ ਵਿਖਾਉਂਦੇ ਨੇ ਉਹ ਤਮਾਸ਼ੇ ਵੇਖਣ ਵਾਲਾ ਹੋਵੇ, ਅਤੇ ਬਹੁ ਵਿਧੀ ਬਹੁਤ ਤਰ੍ਹਾਂ ਦੇ ਹੋਰ ਕੋਈ ਕੌਤਕ ਕਰੇ, ਕਦੀ ਭਲਵਾਨਾਂ ਦੀਆਂ ਕੁਸ਼ਤੀਆਂ, ਕੋਈ ਕੋਈ ਨਾਟਕ ਚੇਟਕ, ਕੋਈ ਤਮਾਸ਼ਾ ਵੇਖ ਲਿਆ, ਕੋਈ ਖੇਡ ਵੇਖ ਲਈ, ਕੋਈ ਨਾਚ ਵੇਖ ਲਿਆ, ਇਹੋ ਜਿਹੇ ਕਰਮ ਕਰਦਾ ਰਹੇ ਲੱਗ ਰਹੇ ਹਰ ਸਮੇਂ। ਬਸ ਇਹਨਾਂ ਚੀਜ਼ਾਂ ਦੇ ਰੰਗਾਂ ਤਮਾਸ਼ਿਆਂ ਦੇ ਕੁਸ਼ਤੀਆਂ ਦੇ ਵੇਖਣ ਦੇ ਚਾਹ ਦੇ ਰੰਗ ਵਿੱਚ ਹੀ ਲੱਗਾ ਰਹੇ, ਜਾਂ ਆਵੇ ਨਾਟਕ ਚਾਟ ਚੇਟਕ ਵੇਖੇ ਤੇ ਹੋਰ ਸੰਬੰਧੀਆਂ ਨੂੰ ਇਹ ਚਾਹ ਦੇ ਨਾਲ ਵਿਖਾਉਣ ਦੇ ਵਿੱਚ ਹੀ ਲੱਗਾ ਰਹੇ ਵੀ ਆਓ ਤੁਸੀਂ ਵੀ ਵੇਖੋ। ਇਉਂ ਕਰਦੇ ਨਾ ਲੋਕ, ਕਹਿੰਦਾ ਮੈਂ ਫਲਾਨੇ ਥਾਂ ਉਹ ਤਮਾਸ਼ਾ ਵੇਖ ਆਇਆ, ਸਿਨੇਮੇ 'ਚ ਤੂੰ ਵੀ ਵੇਖਿਆ, ਇੱਕ ਦੂਜੇ ਨੂੰ ਲੋਕ ਕਹਿਣਗੇ ਫਲਾਨਾ ਸਿਨੇਮਾ ਵੇਖਿਆ, ਆਪ ਵੇਖੇ ਹੋਰਾਂ ਨੂੰ ਵੇਖਣ ਦੇ ਚਾਅ ਵਿੱਚ ਲੱਗਾ ਰਹੇ। ਚੇਤਨ ਆਇਓ ਪਾਰ ਬ੍ਰਹਮ ਇਹਨੂੰ ਲੋਕ ਤਾਂ ਮੰਨਦੇ ਨੇ ਐਸ਼, ਕਹਿੰਦੇ ਵੀ ਐਸ਼ ਕਰਦਾ ਹੈ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਇਹ ਸਭ ਕੁਝ ਕੋਈ ਕਰਦਾ ਹੋਵੇ ਜੋ ਪਿੱਛੇ ਕਿਹਾ ਹੈ, ਪਰ ਜੇ ਉਹਨੂੰ ਰੱਬ ਨਹੀਂ ਨਾ ਚੇਤੇ ਆਉਂਦਾ, ਜੇ ਉਹ ਪਰਮੇਸ਼ਰ ਦਾ ਚੇਤਾ ਹੀ ਭੁਲਾਈ ਬੈਠਾ, ਕਦੀ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਕੋਈ ਨਿਤਨੇਮ ਨਹੀਂ ਜੇ ਕਰਦਾ, ਪਾਰ ਬ੍ਰਹਮ ਦਾ ਚੇਤਾ ਹੀ ਨਹੀਂ ਜੇ ਇਸ ਉਸ ਪੁਰਖ ਦੇ ਤਾਈ ਤਾਂ ਸਰਬ ਕੀ ਜੂਨ ਗਿਆ। ਕਹਿੰਦੇ ਬਸ ਸਮਝੋ ਵੀ ਇਹਦੇ ਕੰਮ ਜਿਹੜੇ ਇਹੀ ਆ ਵੀ ਸੱਪ ਦੀ ਜੂਨ ਚ ਹੀ ਗਿਆ ਏ, ਸੱਪ ਬਣੂਗਾ ਬਸ ਇਹ ਜਿਹਦੇ ਇਹੋ ਜਿਹੇ ਕਰਮ ਤਮਾਸ਼ੇ ਵੇਖਣੇ, ਹੁਕਮ ਚਲਾਉਣੇ ਤੇ ਰੰਗ ਮੰਨਣੇ, ਇਹ ਸੱਪ ਦੀ ਜੂਨ ਵਿੱਚ ਗਿਆ ਹੀ ਸਮਝੋ। ਬਹੁਤ ਤਨਾੜ ਅਚਾਰਵੰਤ ਫਿਰ ਅੱਗੇ ਮਹਾਰਾਜ ਕਹਿੰਦੇ ਬਹੁਤ ਤਨਾੜ, ਬਹੁਤਾ ਹੀ ਤਨਾੜ ਧਨੀ ਪੁਰਖ ਹੋਵੇ। ਧਨ ਆੜ ਦੋ ਸ਼ਬਦਾਂ ਦਾ ਮੇਲ ਹੈ ਵੀ ਧਨੀ ਤਾਂ ਹੋਏ ਹੀ, ਵੱਡੇ ਵੱਡੇ ਧਨੀ ਸ਼ਾਹੂਕਾਰਾਂ ਦਾ ਵੀ ਆਸਰਾ ਹੋਵੇ, ਬਹੁਤਾ ਹੀ ਵੱਡਾ ਕਹਿੰਦੇ ਸੇਠ ਹੋਵੇ ਵੀ ਚੰਗੇ ਚੰਗੇ ਸ਼ਾਹੂਕਾਰ ਵੀ ਜਿਹਦੇ ਵੱਲ ਵਹਿੰਦੇ ਹੁਣ ਲੋੜ ਪੈਣ ਲੱਗੇ ਆ। ਬਹੁਤ ਤਨਾੜ ਅਚਾਰਵੰਤ ਤੇ ਚੰਗਾ ਆਚਰਣ ਕਰਤਵ ਕਰਕੇ ਵਿਖਾਉਂਦਾ ਹੋਵੇ, ਚੰਗਾ ਕਹਿੰਦੇ ਵੀ ਆਖੇ ਵੀ ਮੇਰੇ ਚੰਗੇ ਚੰਗੇ ਕੰਮ ਨੇ, ਮਲਕ ਭਾਗੋ ਵਰਗੇ ਸੋਹਣੇ ਕੰਮ ਬਣਾ ਬਣਾ ਕੇ ਵਿਖਾਵੇ, ਸੱਜਣ ਠੱਗ ਦੇ ਵਾਂਗ ਸਰਾਂ ਬਣਾ ਕੇ, ਸ਼ਿਵਾਲਾ ਬਣਾ ਕੇ, ਮਸੀਤ ਬਣਾ ਕੇ ਵਿਖਾਵੇ ਵੀ ਮੈਂ ਆਏ ਗਏ ਦੀ ਬੜੀ ਸੇਵਾ ਕਰਦਾ, ਬੜਾ ਧਰਮੀ, ਇਹੋ ਜਿਹਾ ਕਹਿੰਦੇ ਆਚਾਰਵੰਤ ਹੋਵੇ। ਸੋਭਾ ਨਿਰਮਲ ਰੀਤ ਤੇ ਨਿਰਮਲ ਰੀਤ ਹੋਵੇ, ਐਨ ਸਾਫ ਸੁਥਰਾ ਬਣ ਕੇ ਰਹੇ, ਚੰਗੇ ਚੰਗੇ ਕੰਮ ਕਰੇ, ਸਾਰੇ ਲੋਕ ਘਰ ਚ ਵੀ ਸ਼ੋਭਾ ਕਰਨ, ਬਾਹਰ ਵੀ ਸ਼ੋਭਾ ਵਡਿਆਈ ਹੋਵੇ। ਮਾਤ ਪਿਤਾ ਸੁਤ ਭਾਈ ਫਿਰ ਕੋਈ ਆਪਣੀ ਮਾਂ ਦੀ ਸੇਵਾ, ਕੋਈ ਪਿਓ ਦੀ ਸੇਵਾ ਕਰਨ ਵਾਲਾ ਹੋਵੇ, ਸੁਤ ਆਪਣੇ ਪੁੱਤਰ ਨੂੰ ਹਰ ਇੱਕ ਸਹੂਲਤ ਦੇਣ ਵਾਲਾ ਹੋਵੇ, ਭਾਈ ਆਪਣੇ ਭਰਾਵਾਂ ਨਾਲ ਬਹੁਤਾ ਪਿਆਰ ਕਰਦਾ ਹੋਵੇ, ਸਾਜਣ ਸੰਗ ਪਰੀ ਆਪਣੇ ਸੱਜਣਾ ਮਿੱਤਰਾਂ ਨਾਲ ਪ੍ਰੀਤ ਰੱਖੇ, ਹਰ ਸਮੇਂ ਬਹੁਤੇ ਸੱਜਣ ਜੋੜ ਕੇ ਰੱਖੇ ਵੀ ਮੇਰੇ ਕੰਮ ਆਉਣਗੇ। ਲਸ਼ਕਰ ਤਰਕਸ ਬੰਦ ਬੰਦ ਪਾਤਸ਼ਾਹ ਕਹਿੰਦੇ ਫਿਰ ਲਸ਼ਕਰ ਫੌਜ ਹੋਵੇ ਉਹਦੇ ਕੋਲ, ਚਾਰ ਤਰ੍ਹਾਂ ਦੀ ਫੌਜ ਪਹਿਲਾਂ ਆਉਂਦੀ ਸੀ, ਜਿਵੇਂ ਪੈਦਲ ਘੋੜਿਆਂ ਵਾਲੀ,
ਅਤੇ ਫਿਰ ਹਾਥੀਆਂ ਤੇ ਰਥਾਂ ਵਾਲੀ, ਜਿਵੇਂ ਹੁਣ ਤਿੰਨ ਤਰ੍ਹਾਂ ਦੀ ਜਲ ਸੈਨਾ, ਥਲ ਸੈਨਾ, ਵਾਯੂ ਸੈਨਾ, ਇਹੋ ਜਿਹੀਆਂ ਫੌਜਾਂ ਵੀ ਹੋਣ। ਤੇ ਫਿਰ ਤਰਕਸ ਬੰਦ ਵੀ ਤੀਰ ਕਮਾਨ ਤੇ ਪੱਥਾ ਹਰ ਸਮੇਂ ਬੰਨਿਆ ਹੋਵੇ। ਭਾਵ ਤਰਕਸ ਬੰਦ ਦਾ ਭਾਵ ਅਰਥ ਹੋ ਗਿਆ ਵੀ ਸਨੱਦਬੱਧ ਤਿਆਰ ਪਰ ਤਿਆਰ ਫੌਜ ਹੋਵੇ, ਸ਼ਸਤਰਧਾਰੀ ਸੂਰਮੇ ਹੋਣ ਤੇ ਬੰਦ ਬੰਦਨਾ ਕਰਨ, ਸਾਰੇ ਸ਼ਸਤਰਧਾਰੀ ਨਮਸਕਾਰਾਂ ਕਰਨ, ਸਲੂਟ ਕਰਨ, ਸਲਾਮਾਂ ਕਰਨ। ਜੀਓ ਜੀਓ ਸਗਲੀ ਕੀ ਗੱਲ ਕੀ ਵੀ ਸਾਰੀ ਦੁਨੀਆਂ ਜੀਓ ਜੀਓ ਕਹੇ। ਆਓ ਭਾਈ ਜੀ, ਆਓ ਵੀਰ ਜੀ, ਆਓ ਸੰਤ ਜੀ, ਆਓ ਗਿਆਨੀ ਜੀ, ਆਓ ਸਰਦਾਰ ਜੀ, ਇਵੇਂ ਜੀ ਜੀ ਕਹਿਣ ਸਾਰੇ, ਜਿੱਧਰ ਨੂੰ ਜਾਵੇ ਜੀ ਜੀ ਕਰਦੇ ਝੁੱਕ ਝੁੱਕ ਕੇ ਮਿਲਣ ਲੱਗੋ। ਚੇਤਨ ਆਇਓ ਪਾਰ ਬ੍ਰਹਮ, ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆ ਵੀ ਜੇ ਰੱਬ ਨੀ ਉਹਦੇ ਚਿੱਤ ਵਿੱਚ ਵਸਿਆ, ਉਸ ਪੁਰਖ ਦੇ ਜੇ ਉਹ ਨਾਮ ਨੀ ਜਪਦਾ, ਫਿਰ ਸਮਝ ਲਓ ਵੀ ਛੇਵਾਂ ਪਤਾਲ ਜਿਹੜਾ ਉਹਨੂੰ ਰਸਾਤਲ ਕਹਿੰਦੇ ਨੇ, ਖੜ ਕੇ ਪੰਜਾਬੀ ਦਾ ਮਾਝੇ ਦਾ ਖਾਸ ਕਰਕੇ ਬੋਲਾ ਹੈ, ਉਹਨੂੰ ਖੜ ਕੇ ਨਰਕਾਂ ਜੀ ਕਹਿੰਦੇ ਸੁੱਟਦੇ ਦਿੰਦੇ ਹਨ। ਜੇ ਐਡਾ ਕੁਝ ਹੁੰਦਿਆਂ ਵੀ ਨਾਮ ਨੀ ਜਪਦਾ, ਕੀ ਉਹਦੀਆਂ ਫੌਜਾਂ, ਪੈਸਾ ਉਹਦਾ ਕੀ, ਉਹ ਸਕੇ ਸੰਬੰਧੀ ਕੀ, ਉਹ ਸਾਰਾ ਕੁਝ ਕਿਸੇ ਕੰਮ ਨੀ ਨਾਮ ਤੋਂ ਬਿਨਾ, ਨਰਕਾਂ ਚ ਜਾ ਕੇ ਦਿੱਤਾ ਜਾਊਗਾ ਖੜ ਕੇ। ਫਿਰ ਅੱਗੇ ਮਹਾਰਾਜ ਕਹਿੰਦੇ ਇਹੋ ਜਿਹਾ ਵੀ ਪੁਰਖ ਹੋਵੇ ਜਿਹਦੀ ਦੇਹ ਨੂੰ ਕੋਈ ਰੋਗ ਹੀ ਨਾ ਲੱਗੇ, ਕੋਈ ਛਿੱਦਰ ਕੋਈ ਐਬ ਹੀ ਨਾ ਹੋਵੇ, ਅੰਗ ਹੀ ਨਾ ਭੰਗ ਹੋਵੇ, ਵੀ ਇੱਕ ਕੋਈ ਅੱਖ ਦਾ ਨੁਕਸ ਹੋਵੇ, ਹੱਥ ਦਾ, ਪੈਰ ਦਾ, ਕੋਈ ਸਰੀਰ 'ਚ ਕੋਈ ਛਿੱਦਰ ਨਾ ਹੋਵੇ, ਕੋਈ ਐਬ ਹੀ ਨਾ ਲੱਗਾ ਹੋਵੇ, ਐਸੀ ਅਰੋਗ ਕਾਇਆ ਹੋਵੇ, ਨਾ ਕਿਸ ਕਾੜਾ ਸੋਗ, ਨਾ ਕਹਿੰਦੇ ਉਹਨੂੰ ਕਾੜਾ ਕੋਈ ਝੋਰਾ ਹੋਵੇ, ਵੀ ਪਦਾਰਥਾਂ ਦਾ ਇੰਨੇ ਖੁੱਲ੍ਹੇ ਪਦਾਰਥ ਵਰਤਣ ਲਈ ਹੋਣ, ਕਹਿੰਦਾ ਪਰਵਾਹ ਨਹੀਂ ਕਰਨੀ, ਬਸ ਮੇਰੇ ਹੁੰਦਿਆਂ ਵਰਤੀ ਜਾਓ, ਨਾ ਕੋਈ ਪਦਾਰਥਾਂ ਦੇ ਨੁਕਸਾਨ ਹੋਣ ਦਾ ਕੋਈ ਸੋਗ ਹੋਵੇ, ਇੰਨਾ ਕੁ ਕੁਝ ਜੋੜਿਆ ਹੋਵੇ ਵੀ ਨਾ ਕੋਈ ਸੋਗ, ਨਾ ਕੋਈ ਚਿੰਤਾ ਫਿਕਰ ਹੋਵੇ ਖਾਣ ਪੀਣ ਵੱਲੋਂ। ਮਿਰਤ ਨਾ ਆਵੀ ਚਿੱਤ ਤੇ, ਕਹਿੰਦੇ ਇਸ ਤੋਂ ਵੱਡੀ ਹੋਰ ਖਲਾਸੀ ਦੀ ਗੱਲ ਕੀ ਹੋਣੀ ਹੈ, ਵੀ ਮੌਤ ਹੀ ਨਾ ਚੇਤੇ ਆਵੇ, ਇੰਨਾ ਪਦਾਰਥਾਂ ਮਾਇਆ ਨਾ ਲੱਦਿਆ ਹੋਵੇ, ਕਹਿੰਦੇ ਵੀ ਪਰਵਾਹ ਹੀ ਕੋਈ ਨਹੀਂ ਹੈ, ਮਿਰਤ ਨਾ ਆਵੇ ਚਿੱਤ ਤਿਸ, ਜੇ ਉਸ ਪੁਰਖ ਨੂੰ ਮੌਤ ਦਾ ਵੀ ਚੇਤਾ ਭੁੱਲਾ ਹੋਵੇ, ਆਪਣੇ ਕੰਮਾਂ ਵਿੱਚ ਮਾਇਆ ਵਿੱਚ ਫਸੇ ਹੋਏ ਨੂੰ, ਰਾਤ ਵੀ ਤੇ ਦਿਨੇ ਵੀ ਭੋਗਾਂ ਪਦਾਰਥਾਂ ਨੂੰ ਭੋਗਦਾ ਰਹੇ, ਤਰ੍ਹਾਂ ਤਰ੍ਹਾਂ ਦੇ ਭੋਗ ਪਦਾਰਥ ਮਾਣੇ, ਸਭ ਕਿਸ਼ ਕੀ ਤੋਨ ਆਪਣਾ, ਸਾਰੇ ਕਿਸੇ ਨੂੰ ਆਪਣਾ ਹੀ ਬਣਾਇਆ ਹੋਵੇ। ਇੱਕ ਤੇ ਹੁੰਦਾ ਹੈ ਨਾ ਵੀ ਕਿਸੇ ਦੇ ਨਾਲ ਵੀ ਇਹਦੇ ਨਾਲ ਮੇਰੀ ਸਾਂਝ ਨਹੀਂ, ਇਹਦੇ ਨਾਲ ਸਾਂਝ ਆ, ਕਹਿੰਦੇ ਸਾਰਿਆਂ ਨੂੰ ਆਪਣਾ ਹੀ ਬਣਾ ਲਏ, ਸਾਰੇ ਲੋਕ ਉਹਦਾ ਪ੍ਰਤਾਪ ਵੇਖ ਕੇ, ਜਿਵੇਂ ਚੁੰਮਕ ਵੱਲ ਸਭ ਲੋਹਾ ਕਚਰਾ ਹੁੰਦਾ ਨਾ, ਸਾਰੇ ਉਹਦਾ ਪ੍ਰਤਾਪ ਵੇਖ ਕੇ ਉਹਦੇ ਵੱਲ ਹੀ ਜਾਣ, ਜੀ ਅਸੀਂ ਤੁਹਾਡੇ ਹੀ ਹੈ, ਤੁਸੀਂ ਸਾਡੇ ਆਪਣੇ ਹੀ ਹੈ, ਕੋਈ ਗੱਲ ਨਹੀਂ, ਜੋ ਹੁਕਮ ਕਰੋਗੇ ਉਵੇਂ ਹੀ ਕਰਾਂਗੇ, ਵੀ ਸਾਰਾ ਕੁਝ ਹੀ ਸਾਰਿਆਂ ਨੂੰ ਆਪਣਾ ਬਣਾ ਲਏ, ਸਭ ਪਦਾਰਥ ਆਪਣੇ ਬਣਾਈ ਫਿਰੇ, ਚਿੱਤ ਵਿੱਚ ਕੋਈ ਸ਼ੰਕਾ ਹੀ ਨਾ ਹੋਵੇ, ਕੋਈ ਦੁਸ਼ਮਣੀ ਨਾ ਰਵੇ, ਸਾਰੇ ਆਪਣੇ ਬਣਾ ਲਏ, ਚਿੰਤਾ ਤਾਂ ਹੁੰਦੀ ਹੈ ਵੀ ਫਲਾਨਾ ਨੁਕਸਾਨ ਕਰੂ, ਉਹ ਬਰਾਬਰੀ ਤੇ ਖੜੂ, ਕਹਿੰਦੇ ਵੀ ਚਿੰਤਾ ਹੀ ਨਾ ਹੋਵੇ, ਕੋਈ ਦੁਸ਼ਮਣੀ ਕਰਨ ਵਾਲਾ ਦੁਸ਼ਮਣ ਵੀ ਨਾ ਭਾਵੇਂ ਕੋਈ ਹੋਵੇ, ਜਾਂ ਕਿਸੇ ਦੀ ਵਸਤੂ ਵਰਤਣ ਲੱਗਿਆ ਸ਼ੰਕਾ ਹੀ ਨਾ ਕਰੇ, ਜੋ ਮਰਜ਼ੀ ਵਰਤੇ, ਲੋਕ ਕਹਿਣ ਜੀ ਤੁਹਾਡਾ ਹੀ ਹੈ ਜੀ, ਕੋਈ ਨਹੀਂ ਵਰਤੋ ਜੀ, ਇਸ ਤਰ੍ਹਾਂ ਦਾ ਲੋਕਾਂ ਦੇ ਨਾਲ ਮੇਲ ਮਿਲਾਪ ਬਣਿਆ ਹੋਵੇ, ਵੀ ਸ਼ੰਕਾ ਨਾ ਕਰੇ, ਕੋਈ ਚਿੰਤਾ, ਕੋਈ ਫਿਕਰ, ਕੋਈ ਪਰਵਾਹ ਹੀ ਨਾ ਕਰਦਾ ਹੋਵੇ, ਚੇਤਨਾ ਆਇਓ ਪਾਰ ਬ੍ਰਹਮ, ਐਡਾ ਪ੍ਰਤਾਪ ਹੁੰਦੇ ਆ ਵੀ ਜੇ ਰੱਬ ਦਾ ਨਾਮ ਹੀ ਨਹੀਂ ਚੇਤੇ ਆਇਆ, ਜੇ ਸਿਮਰਨ ਹੀ ਨਹੀਂ ਕਰਦਾ ਪੁਰਖ, ਜਮ ਕੰਕਰ ਵਸ ਪਰਿਆ, ਜਿੱਡਾ ਮਰਜ਼ੀ ਮਹਾਰਾਜ ਸਾਹਿਬ ਕਹਿੰਦੇ ਵੀ ਉਹ ਨਡਾਰਾ ਹੈ, ਪਰ ਫਿਰ ਜਮਾਂ ਦੇ ਜਿਹੜੇ ਕੰਕਰ ਅੱਗੇ ਦਾਸ ਨੇ, ਧਰਮ ਰਾਜੇ ਦੇ ਨੌਕਰ, ਉਹਨਾਂ ਦੇ ਵਸ ਹੀ ਪੈਂਦਾ ਹੈ, ਧਰਮ ਰਾਜੇ ਦੇ ਨੌਕਰ ਹੀ ਫਿਰ ਉਹਨੂੰ ਨਰੜ ਕੇ ਜੂੜ ਕੇ ਖੜਦੇ ਨੇ ਨਰਕਾਂ ਦੇ ਵਿੱਚ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਇਹਵੇਂ ਪਹਿਲੀਆਂ ਚੌਹਾਂ ਪੌੜੀਆਂ ਚ ਮਹਾਰਾਜ ਨੇ ਜਿਹੜੇ ਕੋਈ ਨਿਗਾਰ ਵੱਲ ਨੂੰ ਠਾਂ ਨੂੰ ਗਏ ਨੇ ਸਰੀਰ ਕਰਕੇ ਮਾਇਆ ਕਰਕੇ, ਉਹਨਾਂ ਦੀ ਗੱਲ ਕਹੀ ਆ ਵੀ ਨਾਮ ਜਪਿਆ ਉਹਨਾਂ ਦੀ ਚੜ੍ਹਦੀ ਕਲਾ ਹੋ ਜਾਂਦੀ। ਚਾਰ ਪੌੜੀਆਂ ਅਗਲੀਆਂ 'ਚ ਕਿਹਾ ਵੀ ਭਾਵੇਂ ਕੋਈ ਜਿੱਡਾ ਮਰਜ਼ੀ ਸੰਸਾਰੀ ਤੌਰ 'ਤੇ ਸਮਰੱਥ ਹੋਵੇ, ਵਿਦਵਾਨ ਮਾਇਆਧਾਰੀ ਹੋਵੇ, ਅਫਸਰ ਹੋਵੇ, ਪਰ ਜੇ ਨਾਮ ਨਹੀਂ ਜਪਦਾ ਤਾਂ ਉਹ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ। ਹੁਣ ਅਖੀਰਲੀ ਪੌੜੀ 'ਚ ਸਤਿਗੁਰੂ ਨਿਚੋੜ ਕੱਢਦੇ ਹਨ,
ਕਿਰਪਾ ਕਰੇ ਜਿਸ ਪਾਰ ਬ੍ਰਹਮ। ਪਾਤਸ਼ਾਹ ਕਹਿੰਦੇ ਬਾਕੀ ਅਸਲ ਚ ਕਿਸੇ ਦੀ ਵਸ ਦੀ ਖੇਡ ਨਹੀਂ ਹੈ, ਜਿਸਦੇ ਉੱਤੇ ਪਾਰ ਬ੍ਰਹਮ ਪਾਰਾ ਪਾਪਾਂ ਪੁੰਨਾਂ ਤੋਂ ਪਰੇ ਜੋ ਵਾਹਿਗੁਰੂ ਆਪ ਕਿਰਪਾ ਮਿਹਰ ਕਰ ਦੇਵੇ। ਜਿਉਂ ਜਿਉਂ ਉਹ ਵਧਾਈ ਹੈ, ਨਹੀਂ ਹੋਈ ਗੱਲ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਮਹਾਰਾਜ ਕਹਿੰਦੇ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ, ਉਹਨਾਂ ਨੂੰ ਹੀ ਸਤ ਸੰਗਤ ਮਿਲਦੀ ਹੈ ਭਾਈ। ਇਹ ਕਿਸੇ ਨੂੰ ਕੋਈ ਕਹਿ ਦਈਏ ਕੋਈ ਗਰੀਬ ਹੈ ਕੋਈ ਅਮੀਰ ਹੈ, ਆਪਣੇ ਆਪ ਨਾ ਗਰੀਬ ਨਾ ਅਮੀਰ ਸੰਗਤ ਕਰਦਾ, ਜਿਹਦੇ 'ਤੇ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਸਾਧੂ ਸੰਗ ਪ੍ਰਾਪਤ ਹੁੰਦਾ ਏ। ਜਿਉਂ ਜਿਉਂ ਉਹ ਵਧਾਈ ਹੈ, ਜਿਉਂ ਜਿਉਂ ਉਹ ਵਧਾਈ ਹੈ, ਉਹ ਪੁਰਖ ਜਿੱਥੇ ਕਿਰਪਾ ਹੋਈ ਹੈ ਸੰਗਤ ਮਿਲੀ ਹੈ, ਜਿਵੇਂ ਜਿਵੇਂ ਸੰਗਤ ਨਾਲ ਪ੍ਰੇਮ ਵਧਾਉਂਦਾ ਨਾਮ ਜਪਣ ਵੱਲ ਸਮਾਂ ਵਧਾਉਂਦਾ ਜਾਂਦਾ ਏ। ਤਿਉਂ ਤਿਉਂ ਹਰ ਸਿਉਂ ਸਾਰਾ, ਤਿਵੇਂ ਤਿਵੇਂ ਹਰੀ ਦੇ ਨਾਲ ਪ੍ਰੇਮ ਵੱਧਦਾ ਜਾਂਦਾ, ਵਾਹਿਗੁਰੂ ਦਾ ਰੰਗ ਲੱਗਦਾ ਜਾਂਦਾ। ਰੰਗ ਲਾਗਤ 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 ਹੈ ਭਰਮ ਭਾਜਤ ਭਾਜਤ ਭਾਗਤ ਹੈ, ਭਰਮ ਸਭ ਨਾਸ਼ ਹੁੰਦੇ ਨੇ, ਰੰਗ ਲੱਗ ਜਾਂਦਾ ਹੈ ਉਸਦੇ ਅੰਦਰ। ਪੰਚਮ ਪਾਤਸ਼ਾਹ ਕਹਿੰਦੇ ਦੋਵਾਂ ਸਿਰਿਆਂ ਦਾ, ਦੋਵਾਂ ਬੰਨਿਆਂ ਦਾ, ਭਾਵੇਂ ਕੋਈ ਗਰੀਬ ਹੈ ਭਾਵੇਂ ਅਮੀਰ ਹੈ, ਉਹਦਾ ਵੀ ਮਾਲਕ ਵਾਹਿਗੁਰੂ ਹੈ। ਭਾਵੇਂ ਆਹ ਲੋਕ ਹੈ ਭਾਵੇਂ ਪਰਲੋਕ ਹੈ, ਇਹਦਾ ਵੀ ਮਾਲਕ ਵਾਹਿਗੁਰੂ ਹੈ। ਨਰਕ ਸਵਰਗ ਦੁੱਖ ਸੁੱਖ ਹਰ ਇੱਕ ਚੀਜ਼ ਦਾ ਮਾਲਕ ਵਾਹਿਗੁਰੂ, ਇਸ ਕਰਕੇ ਉਹਦਾ ਹੀ ਆਸਰਾ ਲਈਏ ਭਾਈ। ਅਵਰ ਨਾ ਦੂਜਾ ਥਾਂ, ਉਸ ਤੋਂ ਬਗੈਰ ਅਵਰ ਹੋਰ ਕੋਈ ਦੂਜੀ ਥਾਂ ਹੈ ਹੀ ਨਹੀਂ ਜਿੱਥੇ ਕੋਈ ਢੋਈ ਮਿਲੇ, ਕੋਈ ਸਹਾਰਾ ਕੋਈ ਆਸਰਾ ਲੈ ਸਕੇ ਜੀਵ। ਸਤਿਗੁਰ ਟੁੱਟੇ ਪਾਇਆ, ਸਤਿਗੁਰਾਂ ਦੀ ਪ੍ਰਸੰਨਤਾ ਹੋਵੇ ਤਾਂ ਹੀ ਉਸ ਮਾਲਕ ਦਾ ਆਸਰਾ ਉਸ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ। ਨਾਨਕ ਸੱਚਾ ਨਾਮ ਕੀ ਪ੍ਰਾਪਤ ਹੁੰਦਾ ਗੁਰਾਂ ਦੀ ਕਿਰਪਾ ਨਾਲ? ਪੰਜਵੇਂ ਪਾਤਸ਼ਾਹ ਕਹਿੰਦੇ ਪ੍ਰਾਪਤ ਹੁੰਦਾ ਸੱਚਾ ਨਾਮ, ਜਿਸ ਨਾਮ ਦੀ ਮਹਾਨਤਾ ਕਹੀ ਹੈ ਸਾਰੇ ਸ਼ਬਦ ਵਿੱਚ, ਉਹ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਜੇ ਗੁਰੂ ਕਿਰਪਾ ਕਰਨ। ਤਾਂ ਹੀ ਕਹੀਦਾ ਹੈ ਵਾਹਿਗੁਰੂ 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 ਸਾਧ ਸੰਗਤ ਜੀ, ਨਾਮ ਦੀ ਹੀ ਮਹਾਨਤਾ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਕਹੀ ਹੈ। ਸਤਿਗੁਰ ਤੁੱਠੈ ਪਾਇਆ ਨਾਨਕ ਸੱਚਾ ਨਾਮ। ਸੋ ਇਹ ਮਹਾਰਾਜ ਨੇ ਸਾਨੂੰ ਲੜੀਵਾਰ ਉਪਦੇਸ਼ ਬਖਸ਼ਿਆ ਹੈ। ਸ਼ਬਦ ਬਹੁਤ ਲੰਮੇਰਾ ਸੀ ਪਰ ਫਿਰ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ। ਇਹਦੇ ਵਿੱਚ ਬਹੁਤ ਸਾਖੀਆਂ ਦਾ ਪ੍ਰਮਾਣਾਂ ਦਾ ਉਦਾਹਰਣਾਂ ਦਾ ਦਿੱਤਾ ਬਣਦਾ ਸੀ, ਪਰ ਅੱਜ ਦੋ ਦਿਹਾੜੇ ਹਨ, ਇੱਕ ਬੰਦੀ ਛੋੜ ਦਿਵਸ ਅਤੇ ਇੱਕ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ। ਆਪਾਂ ਸੰਖੇਪ ਰੂਪ ਦੇ ਵਿੱਚ ਉਹਨਾਂ ਦੇ ਵੀ ਦਰਸ਼ਨ ਕਰਕੇ ਫਿਰ ਅਰਦਾਸ ਵਿੱਚ ਹਾਜ਼ਰੀਆਂ ਭਰਨੀਆਂ ਨੇ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਭਾਰੀ ਗੁਰੂ ਤੋਂ ਭਾਵ ਉਹ ਸਰੀਰ ਦੇ ਵਜਨ ਦੀ ਗੱਲ ਨਹੀਂ, ਭਾਰੀ ਤੋਂ ਭਾਵ ਤੇਜ ਪ੍ਰਤਾਪ ਵਾਲੇ ਗੁਰੂ ਹਰਗੋਬਿੰਦ ਸਾਹਿਬ। ਛੇਵੇਂ ਥਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਤਖ਼ਤ ਦੇ ਉੱਤੇ ਬਿਰਾਜਮਾਨ ਹੋਏ, ਅਤੇ ਜਦੋਂ ਤਖ਼ਤ 'ਤੇ ਬਿਰਾਜਮਾਨ ਹੋਏ ਸ਼ਸਤਰ ਧਾਰਨ ਕੀਤੇ ਮਹਾਰਾਜ ਨੇ ਮੀਰੀ ਅਤੇ ਪੀਰੀ ਦੇ। ਤਖ਼ਤ ਸਜਾਇਆ ਸਤਿਗੁਰਾਂ ਨੇ ਅਕਾਲ ਦਾ, ਜਦੋਂ ਤਖ਼ਤ ਸਜਾਇਆ ਢਾਡੀਆਂ ਨੇ ਵਾਰਾਂ ਗਾਈਆਂ, ਭਾਈ ਅਬਦੁੱਲੇ ਦੇ ਨੱਥੇ ਨੇ ਸਤਿਗੁਰਾਂ ਕਿਹਾ ਵੀ ਐਸੀਆਂ ਵਾਰਾਂ ਗਾਓ ਵੀ ਸੂਰਮੇ ਅੰਦਰ ਜੋਸ਼ ਭਰ ਜਾਵੇ। ਉਹ ਐਸੀਆਂ ਵਾਰਾਂ ਗਾਉਂਦੇ ਵੀ ਕਾਇਰ ਤੋਂ ਕਾਇਰ ਬੰਦਾ ਵੀ ਜੰਗ ਦੇ ਮੈਦਾਨ ਵਿੱਚ ਲੜਨ ਮਰਨ ਲਈ ਤਿਆਰ ਹੋ ਜਾਂਦਾ। ਇਵੇਂ ਫੌਜ ਸੂਰਮੇ ਤਿਆਰ ਹੋ ਗਏ, ਪੰਜ ਜਥੇ ਬਣ ਗਏ। ਪੰਜ ਜਥੇਦਾਰ ਮਹਾਰਾਜ ਨੇ ਥਾਪ 'ਤੇ ਭਾਈ ਜੇਠਾ ਪੁਰਾਣਾ ਭਾਈ ਵਿਧੀ ਚੰਦ ਆਦਿ, ਇਵੇਂ ਪੰਜ ਹੀ ਜਥੇ ਬਣ ਗਏ, ਸੌ ਸੌ ਸੂਰਬੀਰ ਯੋਧਿਆਂ ਦੇ। ਫੌਜ ਮਹਾਰਾਜ ਦੀ ਵੱਜਦੀ ਜਾ ਰਹੀ ਸੀ ਤੇਜ ਪ੍ਰਤਾਪ ਵੇਖ ਕੇ। ਦਿੱਲੀ ਵਾਲੇ ਕਿੱਥੇ ਜਰਦੇ ਨੇ ਅੰਮ੍ਰਿਤਸਰ ਦਾ ਤੇਜ ਪ੍ਰਤਾਪ,
ਇਹ ਸ਼ੁਰੂ ਤੋਂ ਨਹੀਂ ਜਰਿਆ ਇਹਨਾਂ ਨੇ ਸਤਿਗੁਰੂ ਮਹਾਰਾਜ ਦੇ ਦਰਬਾਰ ਦਾ ਪ੍ਰਤਾਪ। ਇਹ ਖਬਰਾਂ ਪਹੁੰਚ ਗਈਆਂ ਜਹਾਂਗੀਰ ਦੇ ਕੋਲ ਵੀ ਗੁਰੂ ਹਰਗੋਬਿੰਦ ਸਾਹਿਬ ਜੋ ਛੇਵੇਂ ਥਾਂ ਬੈਠੇ ਨੇ, ਤਖ਼ਤ ਸਜਾਏ ਨੇ, ਫੌਜਾਂ ਰੱਖੀਆਂ ਨੇ, ਫਿਰ ਹੋਰ ਵੀ ਲੋਕਾਂ ਦੇ ਝਗੜਿਆਂ ਦਾ ਨਿਬੇੜਾ ਉੱਥੇ ਨਾਲੋ ਨਾਲ ਕਰੀ ਜਾਂਦੇ ਆ। ਅਤੇ ਸਰਕਾਰਾਂ ਨੂੰ ਹੁੰਦਾ ਵੀ ਲੋਕ ਲੜਨ, ਜਿੰਨੇ ਆਪਸ ਵਿੱਚ ਉਲਝਣਗੇ ਸਾਡੇ ਵੱਲੋਂ ਇਹ ਧਿਆਨ ਪਰਾਂ ਹਟਿਆ ਰਹੂਗਾ। ਸਰਕਾਰਾਂ ਦੀ ਹਮੇਸ਼ਾ ਪਾਲਿਸੀ ਹੁੰਦੀ ਵੀ ਲੋਕਾਂ ਨੂੰ ਆਪਸ 'ਚ ਉਲਝਾਈ ਰੱਖੋ ਤਾਂ ਕਿ ਸਾਡੇ ਵੱਲ ਨਾ ਆਉਣ। ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਲੋਕਾਂ ਦੇ ਝਗੜੇ ਮੁਕਾਈ ਜਾਂਦੇ ਨੇ, ਆਪ ਬੈਠੇ ਤਖ਼ਤ ਦੇ ਉੱਤੇ ਹੁਕਮ ਸੁਣਾ ਦਿੰਦੇ ਆ, ਸਾਰੇ ਮੰਨ ਲੈਂਦੇ ਆ, ਇਸ ਤਰ੍ਹਾਂ ਕੋਈ ਲੜਾਈ ਝਗੜਾ ਆਪਸ ਵਿੱਚ ਹੋਣ ਨਹੀਂ ਦਿੰਦੇ, ਜੰਗ ਕਰਨ ਦੀ ਤਿਆਰੀ ਕਰਦੇ ਆ। ਕਹਿੰਦੇ ਆ ਵੀ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਦਲਾ ਲਵਾਂਗੇ। ਜਹਾਂਗੀਰ ਦੇ ਕੋਲ ਇਹ ਮੁਰਤਜ਼ਾ ਖਾਂ ਪੰਜਾਬ ਦਾ ਨਵਾਬ ਥਾਪਿਆ ਸੀ, ਇਹ ਲਾਹੌਰ ਅਤੇ ਹੋਰ ਜਿਹੜੇ ਤਸਬੀ ਮੁਸਲਮਾਨ ਲੱਗਦੇ ਸਨ ਗੁਰੂ ਘਰ ਦੇ ਨਾਲ, ਉਹਨਾਂ ਰਿਪੋਰਟਾਂ ਕੀਤੀਆਂ। ਜਹਾਂਗੀਰ ਤਾਂ ਪਹਿਲਾਂ ਹੀ ਗੁਰੂ ਘਰ ਦਾ ਦੋਖੀ ਦਵੈਸ਼ ਦਰੋਹ ਕਮਾਉਣ ਵਾਲਾ, ਉਹਨੇ ਉਸੇ ਵੇਲੇ ਹੁਕਮ ਦੇ ਕੇ ਮਹਾਰਾਜ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਿਆਉਣ ਦੇ ਲਈ ਕਹਿਣ ਹੀ ਲੱਗਾ ਤਾਂ ਵਜ਼ੀਰ ਖਾਨ ਨੂੰ ਪਤਾ ਲੱਗਾ। ਵਜ਼ੀਰ ਖਾਨ ਗੁਰੂ ਘਰ ਦਾ ਸਿੱਖ ਸ਼ਰਧਾਲੂ ਸੀ, ਪੰਜਵੇਂ ਪਾਤਸ਼ਾਹ ਦੇ ਵੇਲੇ ਤੋਂ ਹੀ ਲਾਹੌਰ ਦੇ ਰਹਿਣ ਵਾਲਾ, ਅਤੇ ਸਰਕਾਰ ਵਿੱਚ ਇਹਦੀ ਚੱਲਦੀ ਸੀ। ਇਹ ਕਹਿਣ ਲੱਗਾ ਵੀ ਅਸੀਂ ਜਾਂਦੇ ਹਾਂ ਮਹਾਰਾਜ ਨੂੰ, ਕੋਈ ਨਹੀਂ ਅਸੀਂ ਲੈ ਆਉਂਦੇ ਹਾਂ। ਚੁੰਗਾ ਵੇਖ ਅਤੇ ਵਜ਼ੀਰ ਖਾਨ ਆਏ, ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਵੀ ਮਹਾਰਾਜ ਜਹਾਂਗੀਰ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ, ਕੋਈ ਬਚਨ ਸੁਣਨੇ ਆ। ਪਾਤਸ਼ਾਹ ਕਹਿੰਦੇ ਬਚਨਾਂ ਦਾ ਤਾਂ ਪਤਾ ਹੀ ਹੈ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਸੱਦਿਆ ਵੀ ਕਿੱਡਾ ਕੁ ਭਗਤ ਹੈ ਤੁਹਾਡਾ ਪਾਤਸ਼ਾਹ, ਵੀ ਕਿੰਨਾ ਕੁ ਉਹਨਾਂ ਕੋਲ ਰੱਬ ਦੇ ਬਚਨ ਸੁਣੇ ਸਨ, ਪਰ ਚਲੋ ਫਿਰ ਵੀ ਅਸੀਂ ਸੰਗਤ ਨਾਲ ਗੁਰਮਤਾ ਕਰਕੇ ਦੱਸਾਂਗੇ, ਅਸੀਂ ਆਪੋ ਹਾਂ ਵੀ ਨਹੀਂ ਕਹਿੰਦੇ ਅਤੇ ਨਾਮ ਨਹੀਂ ਕਹਿੰਦੇ। ਇਵੇਂ ਮਹਾਰਾਜ ਸਾਹਿਬ ਨੇ ਸੰਗਤ ਦੇ ਨਾਲ ਸ਼੍ਰੀ ਮਾਤਾ ਗੰਗਾ ਜੀ ਦੇ ਨਾਲ ਸਭ ਵਿਚਾਰਾਂ ਕੀਤੀਆਂ ਅਤੇ ਇਹੀ ਗੁਰਮਤਾ ਹੋਇਆ। ਬਾਬਾ ਬੁੱਢਾ ਸਾਹਿਬ ਹੋਰ ਗੁਰਸਿੱਖ ਕਹਿਣ ਲੱਗੇ ਵੀ ਸਤਿਗੁਰੂ ਸਾਹਿਬ ਨੂੰ ਜ਼ਰੂਰ ਜਾਣਾ ਚਾਹੀਦਾ, ਸਗੋਂ ਉਹਨੂੰ ਜਾ ਕੇ ਦੱਸੇ ਵੀ ਤੂੰ ਪਾਪ ਕੀਤਾ ਹੈ ਮਹਾਰਾਜ, ਉਹਦੇ ਮੂੰਹ 'ਤੇ ਉਹਨੂੰ ਕਹਿਣ। ਕਿਉਂਕਿ ਜਹਾਂਗੀਰ ਆਪ ਵੱਜਦਾ ਫਿਰਦਾ ਸੀ ਨਾ ਵੀ ਮੈਂ ਤਾਂ ਬਸ ਪੰਜਵੇਂ ਪਾਤਸ਼ਾਹ ਕੋਲ ਮਾਮਲਾ ਕਰਾਉਣ ਵਾਸਤੇ ਉਹਨਾਂ ਨੂੰ ਸੱਦਿਆ ਸੀ ਅਤੇ ਆਪਣੇ ਸਿਰ 'ਤੇ ਇਲਜ਼ਾਮ ਨਹੀਂ ਸੀ ਲੈਂਦਾ। ਮਹਾਰਾਜ ਤਿਆਰ ਹੋਏ, ਦਿੱਲੀ ਪਹੁੰਚੇ ਜਿੱਥੇ ਮਜਨੂੰ ਢਿੱਲਾ ਹੈ। ਮਜਨੂੰ ਉਹ ਨਹੀਂ ਜਿਹੜਾ ਹੋਰ ਸੰਸਾਰ ਦੇ ਕੰਮਾਂ ਦੇ ਵਿੱਚ ਵਕਾਰਾਂ 'ਚ ਭਰਮਿਆ ਹੋਇਆ ਸੀ, ਇਹ ਮਜਨੂੰ ਉਹ ਹੈ ਜਿਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਅਤੇ ਐਸਾ ਪ੍ਰੇਮੀ ਹੋ ਗਿਆ, ਲੋਕ ਇਹਨੂੰ ਮਜਨੂੰ ਕਹਿਣ ਲੱਗ ਪਏ। ਉਹ ਮਜਨੂੰ ਦਾ ਢਿੱਲਾ ਸਥਾਨ ਦਿੱਲੀ 'ਚ, ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਪਏ। ਉਹ ਫਕੀਰ ਮਜਨੂੰ ਸਿਮਰਨ ਕਰਦਾ ਰਿਹਾ ਗੁਰੂ ਸਾਹਿਬ ਦੇ ਕਿਰਪਾ ਦਾ ਸਦਕਾ। ਉਸ ਅਸਥਾਨ 'ਤੇ ਫਿਰ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਪੜਾਅ ਕੀਤਾ, ਦਿੱਲੀ ਦੀਆਂ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਵਜ਼ੀਰ ਖਾਨ ਨੇ ਕਿਹਾ ਜਹਾਂਗੀਰ ਬਾਦਸ਼ਾਹ ਨੂੰ ਮਹਾਰਾਜ ਆ ਗਏ ਨੇ, ਮੈਂ ਲੈ ਆਇਆ ਹਾਂ ਅਤੇ ਸਤਿਗੁਰਾਂ ਨਾਲ ਮੁਲਾਕਾਤ ਕਰਾਈ ਠਹਿਰਾਈ। ਜਹਾਂਗੀਰ ਨੇ ਮਿੱਠੀਆਂ ਮਿੱਠੀਆਂ ਗੱਲਾਂ, ਕਿਉਂਕਿ ਸਰਕਾਰੀ ਬੰਦੇ ਸਿੱਧਾ ਨਹੀਂ ਨਾ, ਇਹ ਅੰਦਰੋਂ ਕੁਝ ਹੋਰ ਕਰਦੇ ਆ, ਉੱਤੋਂ ਕੁਝ ਹੋਰ ਹੁੰਦੇ ਆ ਧਰਮੀ ਲੋਕਾਂ ਦੇ ਨਾਲ। ਮਹਾਰਾਜ ਸਾਹਿਬ ਜਾਣੀ ਜਾਣ ਸਨ, ਕਹਿੰਦਾ ਵੀ ਦਰਸ਼ਨ ਦਿਓ ਕੁਝ ਦਿਨ ਮਹਾਰਾਜ ਮੇਰੇ ਨਾਲ ਹੀ ਰਿਹੋ, ਚਲੋ ਆਪਾਂ ਆਗਰੇ ਨੂੰ ਚੱਲਦੇ ਹਾਂ। ਅਸਲ ਵਿੱਚ ਮਹਾਰਾਜ ਨੂੰ ਨਜ਼ਰਬੰਦ ਇਹਨੇ ਉੱਦਣ ਹੀ ਕਰ ਲਿਆ, ਪਰ ਕਹਿਣ ਨੂੰ ਕਹਿੰਦਾ ਸੀ ਵੀ ਸਤਿਗੁਰੂ ਜੀ ਮੇਰੇ ਨਾਲ ਰਹੋ। ਅਤੇ ਗੁਰੂ ਹਰਗੋਬਿੰਦ ਸਾਹਿਬ ਵੀ ਜਾਣੀ ਜਾਣ ਨੇ ਅਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਗਰੇ ਤੀਕਰ ਨਾਲ ਆਏ। ਅਤੇ ਜਦੋਂ ਆਗਰੇ ਆਏ ਤਾਂ ਇੱਥੋਂ ਅਚਾਨਕ ਹੀ ਹੁਕਮ ਕੀਤਾ ਵੀ ਇਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕਰ ਦਿਓ, ਉੱਥੇ ਕੁਝ ਸਮਾਂ ਮਹਾਰਾਜ ਰਹੋ। ਇਹ ਵੀ ਨਹੀਂ ਕਿਹਾ, ਗੱਲ ਇਹ ਸਰਕਾਰ ਨੇ ਫੈਲਾਈ ਵੀ ਜਹਾਂਗੀਰ ਬਿਮਾਰ ਹੈ ਅਤੇ ਉਹਦੇ ਵਾਸਤੇ ਕੁਝ ਸਮਾਂ ਤਪ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ ਹੈ। ਹੁਣ ਕਿਲ੍ਹੇ ਵਿੱਚ ਕੈਦ ਵਿੱਚ ਜਾਣਾ ਵੀ ਕਿਉਂ ਹੋਇਆ? ਜੇ ਪਿਛਲਾ ਇਤਿਹਾਸ ਜਾਂ ਮਿਥਿਹਾਸ ਕਹਿ ਲਓ ਪੜ੍ਹੀਏ ਵਿਚਾਰੀਏ ਤਾਂ ਇਹ ਗੱਲ ਸਹੀ ਸਾਬਤ ਹੁੰਦੀ ਹੈ ਵੀ ਜੇ ਰਾਵਣ ਦੀ ਅਸ਼ੋਕ ਵਾਟਕਾ ਦੇ ਵਿੱਚ ਸੀਤਾ ਜੀ ਨੂੰ ਗ੍ਰਿਫਤਾਰ ਕਰਕੇ ਨਾ ਰੱਖਿਆ ਜਾਂਦਾ ਤਾਂ ਹੋ ਸਕਦਾ ਸੀ ਵੀ ਹੋਰ ਕਈ ਸਦੀਆਂ ਦੇ ਸੱਤ ਭੰਗ ਹੁੰਦੇ ਰਹਿੰਦੇ। ਉਹਨਾਂ ਨੇ ਕੈਦ ਵਿੱਚ ਜਾਣਾ ਹੀ ਸੀ ਵੀ ਰਾਵਣ ਵਰਗਾ ਜਿਹੜਾ ਜਿਹਨੂੰ ਬਾਣੀ 'ਚ ਕਹਿ ਮੂਰਖ ਰਾਵਣ ਕਿਆ ਲੈ ਗਿਆ, ਉਹ ਰਾਵਣ ਵਰਗੇ ਮੂਰਖ ਨੂੰ ਮਰਨਾ ਪਿਆ। ਜੇ ਮਾਤਾ ਦੇਵਕੀ ਕੰਸ ਦੀ ਕੈਦ ਵਿੱਚ ਨਾ ਪੈਂਦੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਧੰਨ ਧੰਨ ਮਾਤਾ ਦੇਵਕੀ, ਇਹ ਨਾਲੋ ਨਾਲ ਤਾਂ ਗੱਲ ਚੱਲ ਰਹੀ ਵੀ ਕਈ
इस गल नूं बड़ा पुठा जिहा बना लैंदे जे होर कोई देवते अवतार दा नां लईए। गुरबाणी च जिन्हां दा जिक्र आया आपां गल उन्हां दी करदे हां। जे श्री माता देवकी जी कंस की कैद विच ना पैंदे, कृष्ण जी का जन्म ना हुंदा, तां कहिंदे वी उस कंस का जिहड़ा हंकार किन्ने भन्नणा सी। होर पता नहीं किन्नियां क देवकियां कैद विच ही मर जाणियां सन। इसे तरह जे इब्राहिम जी नमरूद की बाली हुई अग ते नंगे पैरी ना तुरदे तां पता नहीं सी वी किन्नियां दे घर अग दे नाल साड़ के सुआह कीते जाने सन। एवें गुरु हरगोबिंद साहिब सच्चे पातशाह जे ग्वालियर की कैद विच ना पैंदे तां उन्हां 52 लाचार बेसहारे राजियां की बांह किन्ने फड़नी सी। मजलूमां नूं कहिंदे बचाउणा किन्ने सी। असल च कारण तां इही सी, पर मुख कारण जो पासदा उह सरकार दी ईरखा। महाराज नूं ग्वालियर दे किले च गुरु हरगोबिंद साहिब जी नूं कैद करता। समां लंघ गया, सतगुरां दे आउण दे नाल जिथे बाहर संगत तां उदास होई कि महाराज कैद में चले गए ने, ते पर अंदर जिहड़े सन कैदी उह खुश होए भी सतगुरु आ गए ने, हुण साडा भी भला होगा। वेखो जेल विच जिहड़े उह खुश ने भी चंगा होया महाराज भी जेल विच आ गए हन, उहनां नूं सहारा मिल गया। उहदा कारण इह सी भी जिहड़े 52 ग्वालियर दी जो जेल बनाई सी ना, इह ऐसी सी भी इहदे विच केवल राजसी विद्रोहियां नूं बागियां नूं रखिया जांदा, ते रखिया जांदा फिर मरन तों बाद उहनां दीआं जिहड़ियां लोथां सन उह दित्तियां जांदियां घरदिआं नूं। सहीजे सहीजे मारदे, मिठा जहर दिंदे, खाण नूं कुझ ना दिंदे, सूरज दी रोशनी वेखण दे वास्ते भी समां नियत सी, क्योंकि जे कोई सूरज ना बहुता चिर वेखे उहदीआं अखां अंधियां हो जांदीआं, ते सूरज तों ओले रखदे फिर घोड़िआं दे तबेलिआं विच रखदे, कपड़े 6-6 महीने बाद मिलदे, इवें बस्तर पाटे सन, सिर दे विच जड़ावां, अखां तों दिखणा घट गया, ते पहनण खाण पीण सौण नूं बड़ा औखा बणिआ सी। उह जिहड़े रजवाड़े 22 धार दे राजे कह लो, होर रजवाड़े 52 सन कुल सरदार, उहनां दा दुख दूर हो गया छेवें पातशाह दे दर्शन करके। गरीब नवाज सतगुरु गए, दीवान सज्जन लग पिया, महाराज ने उहनां च हौसला भर दिता। संगत हुंदी है रोज, फिर सतगुरां वास्ते जिहड़ी माया नीयत होई भोजन प्रसादे लई, ਉਹ ਮਹਾਰਾਜ ਨੇ ਕਿਹਾ ਵੀ ਅਸੀਂ ਸਰਕਾਰੀ ਪੈਸਾ ਵਰਤਣਾ ਹੀ ਨਹੀਂ ਹੈ, ਲੰਗਰ ਬਣਾਉਣਾ ਹੀ ਨਹੀਂ ਸਰਕਾਰ ਦੇ ਪੈਸੇ, ਨਾ ਹੀ ਖਾਣਾ ਹੀ ਨਹੀਂ ਇਹਨਾਂ ਦਾ ਕੁਝ। ਸਤਿਗੁਰੂ ਸਾਹਿਬ ਉਹਨਾਂ ਪੈਸਿਆਂ ਦੀ ਰਸਤ ਮੰਗਾ ਕੇ ਵੀ ਉਹਨਾਂ ਰਾਜੇ ਕੈਦੀਆਂ ਨੂੰ ਭੋਜਨ ਛਕਾਉਣ ਲੱਗ ਪਏ, ਅਤੇ ਆਪਣੇ ਵਾਸਤੇ ਜਿਹੜੇ 5 ਸਿੱਖ ਨਾਲ ਸਨ, ਭਾਈ ਵਿਧੀ ਚੰਦ, ਜੇਠਾ ਪੁਰਾਣਾ, ਪੈੜਾ ਭਾਈ ਰਾਜੂ, ਇਹ ਜਾਂਦੇ। ਇਹਨਾਂ ਵਿੱਚੋਂ 2 ਸਿੱਖ ਬਾਹਰ ਕੋਈ ਮਿਹਨਤ ਮਜ਼ਦੂਰੀ ਕਰਦੇ, ਉੱਥੋਂ ਕੋਈ ਪੈਸਾ ਵੱਟਦੇ, ਫਿਰ ਰਸਤ ਲਿਆਉਂਦੇ, ਉਹਦਾ ਲੰਗਰ ਬਣਦਾ, ਅਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਛਕਦੇ ਰਹੇ। ਅਤੇ ਜਦੋਂ ਕੁਝ ਸਮਾਂ ਲੰਘ ਗਿਆ, ਸੰਗਤ ਦੇ ਵਿੱਚ ਵੀ ਚਿੰਤਾ ਵੀ ਇਹ ਮਹਾਰਾਜ ਨੂੰ ਕੈਦ ਕਰ ਲਿਆ ਹੈ। ਉੱਧਰ ਅੰਮ੍ਰਿਤਸਰ ਸਾਹਿਬ ਸੰਗਤ ਦੁਖੀ ਹੋਈ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੀਆਂ ਆਰੰਭ ਕਰਤੀਆਂ, ਇੱਕ ਨਗਰ ਵਿੱਚੋਂ ਦੂਜੇ ਨਗਰ, ਇੱਕ ਥਾਂ ਤੋਂ ਦੂਜੇ ਸ਼ਹਿਰ, ਅਤੇ ਹਰਿਮੰਦਰ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ, ਕਿ ਕਿਤੇ ਇਹ ਨਾ ਹੋਵੇ ਵੀ ਸੰਗਤ ਡੋਲ ਜਾਵੇ ਅਤੇ ਜਿਹੜੇ ਮੀਣੇ ਧੀਰ ਮੱਲੀਏ ਵਾਹਿਗੁਰੂ ਜਿਹੜੇ ਪ੍ਰਿਥੀਏ ਹਨ, ਪ੍ਰਿਥੀ ਚਾਂਦੀ ਬੰਸੋ, ਕਿਤੇ ਸੰਗਤ ਨੂੰ ਗੁੰਮਰਾਹ ਹੀ ਨਾ ਕਰ ਲੈਣ, ਸੰਗਤ ਬੇਸਹਾਰਾ ਨਾ ਹੋਵੇ। ਉਹ ਸੰਗਤ ਨੂੰ ਜੋੜੀ ਰੱਖਣ ਲਈ ਚੌਂਕੀਆਂ ਆਰੰਭ ਕੀਤੀਆਂ ਹੈ। ਸਰਕਾਰ ਵਿਰੁੱਧ ਰੋਸ ਸੀ, ਪਰ ਮੁੱਖੋਂ ਸ਼ਬਦ ਕੀਰਤਨ ਕਰਦੇ ਢੋਲਕੀਆਂ ਛੈਣਿਆਂ ਦੇ ਨਾਲ, ਕਿ ਇੱਥੋਂ ਤੀਕਰ ਵੀ ਫਿਰ ਇੱਕ ਦਿਨ ਸੰਗਤ ਲੈ ਕੇ ਹਰਿਮੰਦਰ ਸਾਹਿਬ ਤੋਂ ਗਵਾਲੀਅਰ ਨੂੰ ਪ੍ਰਭਾਤ ਫੇਰੀ ਕਹਿ ਲਓ, ਚੌਂਕੀ ਕਹਿ ਲਓ, ਸ਼ਬਦ ਕੀਰਤਨ ਕਰਦੇ ਹਾਂ, ਬਾਬਾ ਬੁੱਢਾ ਸਾਹਿਬ ਜੀ ਚੱਲੇ, ਗਵਾਲੀਅਰ ਕਿਲੇ ਦੀ ਪਰਿਕਰਮਾ ਕੀਤੀ, ਉੱਥੇ ਹੀ ਸ਼ਬਦ ਪੜ੍ਹਦੇ ਹਾਂ, ਮੱਥਾ ਟੇਕਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ। ਮਹਾਰਾਜ ਕਹਿੰਦੇ ਵੀ ਅਸੀਂ ਕੋਈ ਨਹੀਂ ਛੇਤੀ ਆਵਾਂਗੇ, ਜਿੰਨਾ ਵੀ ਦਲ ਹੈ ਉਹ ਆਗਰੇ ਵਿੱਚ ਹੈ। ਅਤੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਹੋਇਆ ਵੀ ਸਾਰੇ ਦਲ ਦੀ ਜਥੇਦਾਰੀ ਤੁਸੀਂ ਕਰੋ, ਸਭ ਸੂਰਮਿਆਂ ਨੂੰ ਲੈ ਕੇ ਦਿੱਲੀ ਪਹੁੰਚ ਜਾਓ, ਮਜਨੂ ਟਿੱਲੇ ਵਾਲੇ ਥਾਂ, ਅਸੀਂ ਪਾਤਸ਼ਾਹ ਕਹਿੰਦੇ ਛੇਤੀ ਆਵਾਂਗੇ। ਇਹ ਬਾਬਾ ਬੁੱਢਾ ਸਾਹਿਬ ਨੂੰ ਹੌਸਲਾ ਦੇ ਦਿੱਤਾ। ਸੰਗਤਾਂ ਵਹੀਰਾ ਘੱਤ ਕੇ ਆਉਣ ਲੱਗ ਪਈਆਂ, ਆਉਂਦੇ ਨੇ ਸਿੱਖ ਗਵਾਲੀਅਰ, ਪਰਿਕਰਮਾ ਕਰਦੇ ਨੇ ਕਿਲੇ ਦੀ, ਕੰਧਾਂ ਚੁੰਮਦੇ ਹਨ, ਮੱਥਾ ਟੇਕਦੇ ਨੇ, ਵੇਖ ਵੇਖ ਕੇ ਸਰਕਾਰ ਹੈਰਾਨ ਹੋ ਗਈ ਵੀ ਇਹ ਤਾਂ ਵੱਡੀ ਬਗਾਵਤ ਹੋ ਜਾਏਗੀ, ਵੀ ਐਸਾ ਵੀ ਕੋਈ ਹੋ ਸਕਦਾ ਹੈ।
ਵੀ ਇੰਨੀ ਤਾਦਾਦ ਵਿੱਚ ਲੋਕ ਆਉਂਦੇ, ਕੰਧਾਂ ਚੁੰਮਦੇ ਨੇ ਵੀ ਇਸ ਕੰਧਾਂ ਦੀ ਕੈਦ ਵਿੱਚ ਮੇਰਾ ਪਾਤਸ਼ਾਹ ਬੈਠਾ ਏ, ਅਤੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ। ਇਹਦਾ ਪ੍ਰਭਾਵ ਵੀ ਪਿਆ ਜਹਾਂਗੀਰ 'ਤੇ। ਦੂਸਰਾ ਭਾਈ ਜੇਠੇ ਵਰਗੇ ਗੁਰਸਿੱਖ ਜਿਨ੍ਹਾਂ ਵਿੱਚ ਕੁਝ ਹੈ ਸ਼ਕਤੀ ਸੀ, ਗੁਰੂ ਹਰਗੋਬਿੰਦ ਸਾਹਿਬ ਤੋਂ ਚੋਰੀ ਹੋਈ, ਕਿਉਂਕਿ ਮਹਾਰਾਜ ਤਾਂ ਸ਼ਕਤੀ ਵਿਖਾਉਣ ਨਾ ਦਿੰਦੇ। ਸ਼ੇਰ ਦਾ ਰੂਪ ਬਣਾ ਬਣਾ ਕੇ ਰਾਤ ਨੂੰ ਜਹਾਂਗੀਰ ਦੀ ਛਾਤੀ ਦੇ ਉੱਤੇ ਦੁਹਾੜਦੇ ਰਹੇ, ਅਤੇ ਬੜੇ ਇਹਨੂੰ ਦੱਬੇ ਪੈਂਦੇ ਰਹੇ, ਡਰਨਾ ਇਹਨੇ। ਫਿਰ ਸਾਈ ਮੀਆਂ ਮੀਰ ਲਾਹੌਰ ਤੋਂ ਆਏ, ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਨੂੰ ਕੈਦ ਵਿੱਚ ਪਾ ਲਿਆ ਬਾਦਸ਼ਾਹ ਨੇ। ਸਾਈ ਮੀਆਂ ਮੀਰ ਹੋਰ ਵੀ ਚੰਗੇ ਚੰਗੇ ਲੋਕ ਜਿਹੜੇ ਸਨ, ਚਾਹੁੰਦੇ ਸਨ ਵੀ ਜਹਾਂਗੀਰ ਨੂੰ ਕਹਿ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਵਿੱਚੋਂ ਛੁਡਾਈਏ, ਕਿਉਂਕਿ ਜੋ ਇਹਦੇ ਘਰੋਂ ਨੂਰ ਜਹਾਂ ਸੀ ਨਾ, ਉਹ ਨੂਰ ਜਹਾਂ ਸਾਧ ਸੰਗਤ ਸਾਈਂ ਮੀਆਂ ਮੀਰ ਦੇ ਕੋਲ ਬੰਦਗੀ ਕਰਨ ਵਾਸਤੇ ਉਪਦੇਸ਼ ਲੈਂਦੀ ਰਹੀ। ਕਹਿ ਲਵੋ ਵੀ ਉਹਨੇ ਆਪਣਾ ਗੁਰੂ ਧਾਰਿਆ ਸੀ ਮੀਆਂ ਮੀਰ ਨੂੰ, ਅਤੇ ਸਾਈਂ ਮੀਆਂ ਮੀਰ ਜੀ ਦਾ ਪ੍ਰੇਮ ਗੁਰੂ ਘਰ ਦੇ ਨਾਲ ਬਹੁਤ, ਅਤੇ ਉਹਨਾਂ ਨੂੰ ਪਤਾ ਸੀ ਵੀ ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਸ ਵੇਲੇ ਨੂਰ ਜਹਾਂ ਦੇ ਵੱਸ ਵਿੱਚ ਹੈ, ਇਹਦੇ ਕੋਲੋਂ ਅਸੀਂ ਇਹ ਕੰਮ ਪੁੰਨ ਦਾ ਕਰਾਈਏ, ਇਹ ਕਾਰਜ ਕਰਾਈਏ ਵੀ ਮਹਾਰਾਜ ਕੈਦ ਵਿੱਚ ਪਾਏ ਨੇ, ਇਹਦਾ ਭਲਾ ਨਹੀਂ ਹੋ ਸਕਦਾ। ਆਏ ਬਚਨ ਬਲਾਸ ਚੱਲੇ, ਗੱਲ ਇੱਥੋਂ ਤੁਰੀ, ਪਹਿਲਾਂ ਸਿੱਧਾ ਨਹੀਂ ਕੋਈ ਬਚਨ ਕੀਤਾ। ਜਹਾਂਗੀਰ ਪਹਿਲਾਂ ਡਰਿਆ ਸੀ, ਉਹਨੇ ਦੱਸਿਆ ਵੀ ਮੈਨੂੰ ਇਵੇਂ ਸ਼ੇਰ ਜਿਹੜੇ ਦੱਬੇ ਪਾਉਂਦੇ ਹਨ, ਅਤੇ ਅਸਲ ਗੱਲ ਜਿਹੜੀ ਉਹ ਕਹਿੰਦੇ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਕੈਦ ਰੱਖਿਆ, ਤੈਨੂੰ ਛੱਡਾਂਗੇ ਨਹੀਂ, ਉਹ ਥੋੜ੍ਹੀ ਲੁਕੋ ਗਿਆ। ਅਤੇ ਕਹਿਣ ਲੱਗਾ, ਸਾਈਂ ਜੀ ਇਹ ਦੱਸੋ ਵੀ ਮੇਰੇ ਸਰੀਰ ਨੂੰ ਤੰਦਰੁਸਤੀ ਕਿਵੇਂ ਮਿਲ ਸਕਦੀ? ਕਹਿੰਦੇ ਬ੍ਰਹਮ ਗਿਆਨੀ ਦੇ ਦਰਸ਼ਨ ਕਰ। ਕਹਿੰਦਾ ਵੀ ਇਸ ਸਮੇਂ ਵਿੱਚ ਬ੍ਰਹਮ ਗਿਆਨੀ ਕੋਈ ਹੈ? ਮੀਆਂ ਮੀਰ ਜੀ ਕਹਿੰਦੇ ਬ੍ਰਹਮ ਗਿਆਨੀ ਹੈਗੇ ਸਨ। ਪਹਿਲਾਂ ਤਾਂ ਇਹ ਪੁੱਛਿਆ ਵੀ ਬ੍ਰਹਮ ਗਿਆਨੀ ਦੇ ਲੱਛਣ ਕੀ? ਕਹਿੰਦੇ ਜਿਹੜਾ ਰਾਗ ਦਵੈਸ਼ ਅਵਿਦਿਆ ਅਸਮਤਾ ਅਭਿਨਿਵੇਸ਼ ਆਦਿਕ ਇਹ ਦੋਸ਼ਾਂ ਤੋਂ ਰਹਿਤ ਹੋਵੇ ਉਹ ਬ੍ਰਹਮ ਗਿਆਨੀ ਹੈ। ਫਿਰ ਜਹਾਂਗੀਰ ਕਹਿਣ ਲੱਗਾ ਇਹੋ ਜਿਹਾ ਕੋਈ ਹੈ? ਕਹਿੰਦੇ ਹੈਗੇ ਤੇ ਸਨ ਗੁਰੂ ਅਰਜਨ ਦੇਵ ਮਹਾਰਾਜ, ਪਰ ਤੂੰ ਜ਼ੁਲਮ ਕਰਕੇ ਉਹਨਾਂ ਨੂੰ ਮਾਰਨ ਦਾ ਕੰਮ ਕੀਤਾ, ਉਹਨਾਂ ਨੂੰ ਸ਼ਹੀਦ ਕਰਤਾ। ਕਹਿੰਦਾ ਪਹਿਲਾਂ ਕਿਉਂ ਨਹੀਂ ਦੱਸਿਆ ਜੇ ਉਹ ਬ੍ਰਹਮ ਗਿਆਨੀ ਸਨ? ਮੀਆਂ ਮੀਰ ਕਹਿਣ ਲੱਗੇ ਤੂੰ ਸੁਣਦਾ ਕਿਹਦੀ ਸੀ? ਹੰਕਾਰ ਵਿੱਚ ਆਇਆ ਜਹਾਂਗੀਰ ਦੇ ਨੀਵੀਂ ਪੈ ਗਈ। ਕਹਿਣ ਲੱਗਾ ਹੁਣ? ਕਹਿੰਦੇ ਹੁਣ ਵੀ ਹੈਗੇ ਨੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ, ਇਹ ਵੀ ਬ੍ਰਹਮ ਗਿਆਨੀ ਨੇ। ਨਾਲ ਇਹ ਵੀ ਗੱਲ ਦੱਸੀ ਵੀ ਜਦੋਂ 8 ਦਿਨਾਂ ਬਾਅਦ ਸਾਨੂੰ ਫਕੀਰਾਂ ਨੂੰ ਉਸ ਖੁਦਾ ਦਾ ਜਲਵਾ ਪ੍ਰਾਪਤ ਹੁੰਦਾ ਹੈ, ਉਹਦੀ ਦਰਗਾਹ ਵਿੱਚ ਜਾਣ ਵਾਸਤੇ ਸਾਨੂੰ ਸਮਾਂ ਮਿਲਦਾ, ਜਿਹੜੇ ਉਹ ਸਮਾਂ ਦੇਣ ਵਾਲੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਬੈਠੇ ਹੁੰਦੇ, ਸਾਨੂੰ ਫਕੀਰਾਂ ਨੂੰ ਵਾਰੀ ਵਾਰੀ ਇਹ ਦਰਬਾਰ ਵਿੱਚ ਲੈ ਕੇ ਜਾਂਦੇ ਹਨ। ਸੋ ਇਸ ਕਰਕੇ ਇਹ ਬ੍ਰਹਮ ਗਿਆਨੀ ਨੇ, ਬ੍ਰਹਮ ਦੇ ਜਾਣਨ ਵਾਲੇ ਨੇ, ਗੱਲ ਕੀ ਰੱਬ ਦਾ ਹੀ ਰੂਪ ਹਨ ਕਿ ਇਹਨਾਂ ਨੂੰ ਕੈਦ ਵਿੱਚ ਕੀਤਾ ਹੋਇਆ, ਦੱਸ ਤੈਨੂੰ ਭਲਾ ਕਿਵੇਂ ਹੋਵੇ, ਤੈਨੂੰ ਤੰਦਰੁਸਤੀ ਕਿਵੇਂ ਮਿਲੇ। ਇਸ ਪ੍ਰਕਾਰ ਦੇ ਨਾਲ ਇਹ ਤਿੰਨ ਗੱਲਾਂ ਜੁੜੀਆਂ, ਇੱਕ ਸੰਗਤਾਂ ਕਿਲ੍ਹੇ ਦੇ ਆਲੇ ਦੁਆਲੇ ਪਰਿਕਰਮਾ ਕਰਦੀਆਂ, ਉਹਦਾ ਦਬਾਅ ਪਿਆ ਜਹਾਂਗੀਰ 'ਤੇ ਵੀ ਇਹ ਤਾਂ ਬਗਾਵਤ ਨਾ ਹੋ ਜਾਏ। ਦੂਸਰਾ ਭਾਈ ਜੇਠਾ ਆਦਿਕ ਸਿੱਖ ਸ਼ੇਰ ਦਾ ਰੂਪ ਧਾਰਨ ਕਰਕੇ ਅਤੇ ਇਹਦੀ ਛਾਤੀ ਦੇ ਰਾਤ ਨੂੰ ਆ ਕਰਕੇ ਇਹਨੂੰ ਕਹਿੰਦੇ ਰਹੇ ਵੀ ਤੂੰ ਜ਼ੁਲਮ ਕਰ ਰਿਹਾ ਹੈ ਸਤਿਗੁਰੂ ਸਾਹਿਬ ਜੀ ਦੇ ਉੱਪਰ। ਅਤੇ ਤੀਸਰਾ ਮੀਆਂ ਮੀਰ ਨੇ ਇਹਨੂੰ ਆਖਿਆ, ਨੂਰ ਜਹਾਂ ਨੇ ਵੀ ਹਾਮੀ ਭਰੀ ਵੀ ਤੁਸੀਂ ਸਤਿਪੁਰਖਾਂ ਨੂੰ ਕਿਉਂ ਕੈਦ ਵਿੱਚ ਕੀਤਾ ਹੋਇਆ ਹੈ, ਕਿਉਂ ਆਪਣੀ ਕੁੱਲ ਦਾ ਨਾਸ਼ ਕਰਾਉਣਾ ਚਾਹੁੰਦੇ ਹੋ? ਇਵੇਂ ਬਹੁਤਾ ਦਬਾਅ ਬਣਿਆ ਨਹੀਂ? ਅਤੇ ਮੋਹਸਨ ਫਾਨੀ ਨੇ ਤਾਂ 12 ਸਾਲ ਕੈਦ ਲਿਖੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਕਹਿੰਦਾ ਵੀ 12 ਸਾਲ ਕੈਦ ਹੋਏ। ਅਸਲ 'ਚ ਕੈਦ 12 ਸਾਲ ਰਹੇ ਨਹੀਂ, ਪਰ 12 ਸਾਲ ਦਾ ਹੋ ਸਕਦਾ ਵੀ ਕੈਦ ਦਾ ਹੁਕਮ ਕੀਤਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਪਾਪੀ ਨੇ, ਪਰ ਮਹਾਰਾਜ ਦੇ ਪ੍ਰਤਾਪ ਅੱਗੇ ਇਹਦੇ ਕੋਲੋਂ ਠਹਿਰਿਆ ਨਿਆ ਗਿਆ ਕੋਈ ਸਾਲ ਜਾਂ ਕੋਈ 2 ਸਾਲ। ਇਹਨਾਂ ਵਿਦਵਾਨਾਂ 'ਚ ਮਤ ਭੇਦ ਹੈ ਵੀ ਸਾਲ 2 ਸਾਲਾਂ ਦੇ ਵਿੱਚ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਿਹਾ ਕਰਨ ਦੀਆਂ ਸਰਕਾਰ ਨੇ ਤਿਆਰੀਆਂ ਕੀਤੀਆਂ। ਵਜ਼ੀਰ ਖਾਨ ਲਾਹੌਰ ਵਾਲਾ ਇਹਨੂੰ ਫਿਰ ਜਹਾਂਗੀਰ ਬਾਦਸ਼ਾਹ ਨੇ ਹੁਕਮ ਦੇ ਕੇ ਗਵਾਲੀਅਰ ਭੇਜਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਿਕਾਰ ਨਾਲ ਇੱਥੇ ਮੇਰੇ ਕੋਲ ਲਈ ਲੈ ਆਓ। ਸੋ ਵਜ਼ੀਰ ਖਾਨ ਗਿਆ, ਜਾ ਕੇ ਗੱਲ ਦੱਸੀ। ਗੁਰੂ ਸਾਹਿਬ ਜਦੋਂ ਕੈਦ ਵਿੱਚ ਸਨ, ਇੱਥੇ ਸਤਿਗੁਰਾਂ ਨੂੰ ਮਾਰਨ ਦੀ ਵੀ ਸਾਜਿਸ਼ ਹੋਈ ਇੱਕ ਤਰ੍ਹਾਂ। ਜਿਹੜਾ ਚੰਦੂ ਦੀਵਾਨ ਸੀ, ਇਹਨੇ ਆਪਣੇ ਪੁੱਤਰ ਨੂੰ ਭੇਜ ਕੇ ਇੱਕ ਚੋਲੇ ਨੂੰ ਜ਼ਹਿਰ ਲਾ ਕੇ ਨਾ ਸਾਰੇ ਨੂੰ ਅਤੇ ਭੇਜਿਆ, ਅਤੇ ਹਰੀਦਾਸ ਜੇਲਰ ਸੀ ਇਹ। ਹਰੀਦਾਸ ਪਿੱਛੋਂ ਸਿੱਖਾਂ ਦਾ
परिवार दे विचों ते महाराज दा भी प्रताप वेख के गुरु हरगोबिंद साहिब दा पक्का सिख श्रद्धालु बन गया। ते जदों चंदू दा मुंडा आया पोशाक दे के माया दे के कहण लगा भी ये गुरु हरगोबिंद साहिब नूं पहना दे, तैनूं होर पैसे देंगे। ओहदे कोल तां चुप करके पोशाक रख ली, पर सारी गल गुरु हरगोबिंद साहिब नूं जा दसी भी महाराज इवें चंदू दे पुत्र ने पोशाक जहर वाली घली है, भी तुहानूं पहना दें तां कि ਉਹ ਪਹਿਨਣ ਦੇ ਨਾਲ ਘੜੀਆਂ ਦੋ ਘੜੀਆਂ 'ਚ ਹੀ ਪਹਿਨਣ ਵਾਲੇ ਦੀ ਮੌਤ ਹੋ ਜਾਂਦੀ ਹੈ। ਚੋਲੇ ਨੂੰ ਜ਼ਹਿਰ ਲਾ ਦਿੰਦੇ ਹੁੰਦੇ ਸਨ। ਪਾਤਸ਼ਾਹ ਹੋਰ ਸੁਚੇਤ ਹੋ ਗਏ। ਇਹ ਕੁਝ ਸਮਾਂ ਲੰਘਿਆ, ਸਤਿਗੁਰੂ ਦੇ ਪ੍ਰਤਾਪ ਨਾਲ ਵਜ਼ੀਰ ਖਾਂ ਆਇਆ, ਕਹਿਣ ਲੱਗਾ ਮਹਾਰਾਜ ਜਹਾਂਗੀਰ ਬਾਦਸ਼ਾਹ ਕਹਿੰਦਾ ਹੈ ਵੀ ਤੁਹਾਡੀ ਰਿਹਾਈ ਹੋ ਗਈ ਹੈ, ਆਪ ਕਿਰਪਾ ਕਰਕੇ ਦੇ ਕਿਲ੍ਹੇ ਦੇ ਵਿੱਚੋਂ ਬਾਹਰ ਚੱਲੋ, ਮੈਂ ਤੁਹਾਨੂੰ ਲੈਣ ਵਾਸਤੇ ਆਇਆ। ਜਦੋਂ ਸਤਿਗੁਰੂ ਦੀ ਰਿਹਾਈ ਹੋ ਗਈ ਦੀ ਖਬਰ ਉਹ ਗਵਾਲੀਅਰ ਦੇ ਵਿੱਚ ਕੈਦ ਕੈਦੀਆਂ ਨੂੰ ਪਤਾ ਲੱਗੀ, ਉਹ ਤਾਂ ਸਾਰੇ ਇੱਕਦਮ ਨਿਰਾਸ਼ ਹੋ ਗਏ, ਉਹ ਤਾਂ ਇੱਕਦਮ ਦੁਖੀ ਹੋ ਗਏ ਵੀ ਸਤਿਗੁਰਾਂ ਦੇ ਹੁੰਦਿਆਂ ਦੇ ਸਾਨੂੰ ਕੋਈ ਆਸ ਸੀ, ਜੇ ਮਹਾਰਾਜ ਚਲੇ ਗਏ ਸਾਡੀ ਬਾਂਹ ਕਿੰਨੇ ਫੜਨੀ ਹੈ। ਕਹਿਣ ਲੱਗੇ ਪਾਤਸ਼ਾਹ ਜੇ ਚੱਲੇ ਹੋ ਤਾਂ ਸਾਨੂੰ ਨਾਲ ਲੈ ਕੇ ਜਾਇਓ, ਨਹੀਂ ਤਾਂ ਸਾਨੂੰ ਮਹਾਰਾਜ ਵਿਛੋੜਿਓ ਨਾ, ਕਿਉਂਕਿ ਤੁਹਾਡੇ ਤੋਂ ਬਗੈਰ ਸਾਡਾ ਹੋਰ ਕਿਸੇ ਨੇ ਸਹਾਰਾ ਨਹੀਂ ਬਣਨਾ, ਸਾਡਾ ਕਿਸੇ ਨੇ ਆਸਰਾ ਨਹੀਂ ਬਣਨਾ। ਉਹਨਾਂ ਦੇ ਮਨ ਵਿੱਚ ਭਾਵਨਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਹੁਣ ਆਏ ਨੇ, ਇਹੀ ਸਾਡਾ ਕੁਝ ਨਾ ਕੁਝ ਕਰ ਸਕਦੇ, ਨਹੀਂ ਤੇ ਮਰਨ ਤੀਕਰ ਉਹਨਾਂ ਨੂੰ ਕੈਦ ਸੀ, ਤੇ ਕੈਦ ਵੀ ਬੜੀ ਬੁਰੀ ਵੀ ਭੁੱਖਿਆਂ ਰੱਖ ਰੱਖ ਮਾਰਿਆ ਜਾ ਰਿਹਾ ਸੀ। ਮਹਾਰਾਜ ਸਾਹਿਬ ਵਜ਼ੀਰ ਖਾਂ ਆਇਆ ਲੈਣ, ਜਦੋਂ ਕਹਿਣ ਲੱਗੇ ਵੀ ਅਸੀਂ ਨਹੀਂ ਬਾਹਰ ਜਾਣਾ, ਉਹ ਇੱਕਦਮ ਹੈਰਾਨ ਹੋਇਆ, ਮਹਾਰਾਜ ਕਿਉਂ? ਸਾਹਿਬ ਕਹਿੰਦੇ ਜੇ ਸਾਨੂੰ ਰਿਹਾ ਕਰਨਾ ਹੈ ਤਾਂ ਕਹਿ ਆਪਣੇ ਬਾਦਸ਼ਾਹ ਨੂੰ ਵੀ ਆਹ ਜਿਹੜੇ ਰਾਜਸੀ ਕੈਦੀ ਬਿਨਾਂ ਕਾਰਨ ਰੱਖੇ ਨੇ ਇਹਨਾਂ ਨੂੰ ਵੀ ਰਿਹਾ ਕਰਨਾ ਪਵੇਗਾ। ਉਹ ਕਹਿੰਦਾ ਮਹਾਰਾਜ ਮੈਂ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਹੈ। ਉੱਥੋਂ ਆਇਆ ਬਾਦਸ਼ਾਹ ਜਹਾਂਗੀਰ ਕੋਲ, ਉਹਨੂੰ ਦੱਸੀ ਗੱਲ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਜੇਲ੍ਹ ਵਿੱਚੋਂ ਨਿਕਲਣ ਤੋਂ ਇਨਕਾਰ ਕਰਤਾ। ਕਹਿੰਦੇ ਕਾਰਨ? ਕਹਿੰਦੇ ਕਾਰਨ ਇਹ ਆ, ਉਹ ਕਹਿੰਦੇ ਵੀ ਸਾਡੇ ਨਾਲ ਆ ਸਾਰੇ ਜਿਹੜੇ ਕੈਦੀ ਰਾਜੇ ਨੇ ਇਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਉਸ ਵੇਲੇ ਬਾਦਸ਼ਾਹ ਜਿਹੜਾ ਪਹਿਲਾਂ ਚਾਹੁੰਦਾ ਸੀ ਰਿਹਾ ਕਰਨਾ, ਪਰ ਚਾਹੁੰਦਾ ਸੀ ਕਿਸੇ ਦੀ ਜਾਮਣੀ ਮਿਲੇ, ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ 'ਤੇ ਉਹ ਰਾਜੇ ਰਿਹਾ ਕਰ ਦੇਣੇ ਚਾਹੀਦੇ ਆ। ਸਭਾ ਵਿੱਚੋਂ ਹਾਮੀ ਭਰੀ ਗਈ ਅਤੇ ਫਿਰ ਹੋਰ ਕੁਝ ਚੰਗੇ ਚੰਗੇ ਬੰਦਿਆਂ ਨੇ ਕਿਹਾ ਵੀ ਮਹਾਰਾਜ ਸਾਹਿਬ ਨੂੰ ਜੇ ਆਪਾਂ ਕੁਝ ਸਮਾਂ ਨਾ ਰਿਹਾ ਕੀਤਾ, ਇਹ ਨਾ ਹੋਵੇ ਵੀ ਬਗਾਵਤੀ ਹੋ ਜਾਵੇ ਦੇਸ਼ ਵਿੱਚ, ਕਿਉਂਕਿ ਸੰਗਤਾਂ ਨੇ ਬਹੁਤਾ ਹੀ ਤੰਗ ਕਰ ਦਿੱਤਾ ਸੀ ਇਹਨਾਂ ਨੂੰ। ਇੰਨੀ ਕੁ ਸੰਗਤ ਗਵਾਲੀਅਰ ਦੀਆਂ ਪਰਿਕਰਮਾ ਕਰਦੀ ਕਿਲ੍ਹੇ ਦੀਆਂ ਵੀ ਔਖੇ ਹੋ ਗਏ ਸਨ, ਇਸ ਕਰਕੇ ਛੇਤੀ ਛੁਟਕਾਰਾ ਚਾਹੁੰਦੇ ਸੀ ਅਤੇ ਚਾਹੁੰਦੇ ਵੀ ਇਸ ਢੰਗ ਨਾਲ ਵੀ ਗੁਰੂ ਸਾਹਿਬ ਨਾਲ ਸਾਡੀ ਸੁਲਾਹ ਵੀ ਹੋਵੇ। ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਸੁਲਾਹ ਕਰਨ ਦਾ ਵੀ ਢੰਗ ਠੀਕ ਹੈ, ਨਾਲੇ ਮਹਾਰਾਜ ਨੂੰ ਕਹੋ ਮਹਾਰਾਜ ਤੁਹਾਡੀ ਜਾਮਣੀ ਜੇ ਨਾ ਬਗਾਵਤ ਕੀਤੀ ਜ਼ਿੰਮੇਦਾਰ ਤੁਸੀਂ ਹੋਵੋਗੇ। ਇਹ ਸਾਰੀ ਗੱਲ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਸਤਾਵ ਹੈ ਇਹ ਵੀ ਜਹਾਂਗੀਰ ਬਾਦਸ਼ਾਹ ਨੂੰ ਮੰਨਣਾ ਪਿਆ, ਕਿਉਂਕਿ ਇਹ ਕੜਕੀ 'ਚ ਫਸਿਆ ਹੈ, ਗੁਰਾਂ ਦੇ ਪ੍ਰਤਾਪ ਅੱਗੇ ਇਹਦੇ ਕੋਲ ਠਹਿਰਿਆ ਨਾ ਗਿਆ। ਅਤੇ ਫਿਰ ਇਹਨੇ ਇੱਕ ਚਲਾਕੀ ਜ਼ਰੂਰ ਖੇਡੀ ਨਾਲ ਵੀ ਰਿਹਾ ਤਾਂ ਕਰ ਦਿਆਂਗਾ, ਪਰ ਇਉਂ ਕਰੋ ਵੀ ਜਿੰਨੇ ਜਾਣੇ ਮਹਾਰਾਜ ਦੇ ਚੋਲੇ ਦੀਆਂ ਕੰਨੀਆਂ ਪਕੜ ਕੇ ਬਾਹਰ ਨਿਕਲ ਆਉਣ ਉਨਿਆਂ ਨੂੰ ਰਿਹਾ ਕਰ ਦਿਓ। ਇਹਨੇ ਸੋਚਿਆ ਵੀ ਦੋਵੇਂ ਕੰਮ ਹੋਣਗੇ, ਵੀ ਇੱਕ ਤਾਂ ਕੁਝ ਕੁ ਚੋਲੇ ਦੀਆਂ ਕਲੀਆਂ ਕਿੰਨੀਆਂ ਕੁ ਹੋਣਗੀਆਂ, 12 ਜਾਂ 15-16, ਵੀ ਇੰਨੇ ਕੁ ਬਾਹਰ ਆ ਜਾਣਗੇ, ਨਾਲੇ ਮਹਾਰਾਜ ਦੇ ਨਾਲ ਸੁਲਾਹ ਹੋ ਜੂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹੁਕਮ ਸੁਣਾ ਦਿੱਤਾ ਵੀ ਮਹਾਰਾਜ ਇਵੇਂ ਜਹਾਂਗੀਰ ਕਹਿੰਦਾ ਹੈ ਵੀ ਬਿਲਕੁਲ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਮੰਨਦੇ ਹਾਂ, ਪਰ ਓਨੇ ਕੁ ਜਾਣੇ ਰਿਹਾ ਹੋਣਗੇ ਜਿੰਨੇ ਤੁਹਾਡੇ ਚੋਲੇ ਦੀਆਂ ਕੰਨੀਆਂ ਫੜ ਕੇ ਆਉਣ। ਹਰੀਦਾਸ ਨੂੰ ਮਹਾਰਾਜ ਨੇ ਜੇਲਰ ਨੂੰ ਹੁਕਮ ਕੀਤਾ ਜਿਹੜਾ ਸੇਵਕ ਸੀ, ਕਹਿੰਦੇ ਸਾਡੇ ਲਈ ਚੋਲਾ ਸਵਾ ਕੇ ਲਿਆਓ। ਕਹਿੰਦੇ 52 ਕਲੀਆਂ ਵਾਲਾ ਚੋਲਾ ਸਵਾ, 50 ਕਲੀਆਂ ਸਨ ਚੋਲੇ ਦੀਆਂ, ਇਹ ਪੱਲੇ ਹੁੰਦੇ ਨੇ ਜਿਹੜੇ ਚੋਲੇ ਦੇ, ਅਤੇ 16 ਕੁ ਪੱਲਿਆਂ ਵਾਲਾ ਬਾਣਾ ਆਮ ਸਿੰਘ ਪਹਿਨਦੇ ਹਨ। ਮਹਾਰਾਜ ਸਾਹਿਬ ਜੀ ਨੇ 50 ਕਲੀਆਂ ਵਾਲਾ ਚੋਲਾ ਤਿਆਰ ਕੀਤਾ ਅਤੇ 2 ਤਣੀਆਂ ਬੰਦ ਹੁੰਦੇ ਨੇ ਅੰਦਰ, ਜਿਹਦੇ ਨਾਲ ਗੰਢ ਦੇ ਕੇ ਚੋਲਾ ਕੱਸਿਆ ਜਾਂਦਾ, 2 ਉਹ ਤਣੀਆਂ ਸਨ, ਉਹਨਾਂ ਨੂੰ ਪਾ ਕੇ 52, ਅਤੇ ਉੱਦਾਂ ਕਲੀਆਂ 50 ਸਨ, 25 ਇੱਕ ਪਾਸੇ 25 ਇੱਕ ਪਾਸੇ। ਸੋ ਇਸ ਪ੍ਰਕਾਰ ਗਰੀਬ ਨਵਾਜ਼ ਸਤਿਗੁਰਾਂ ਨੇ 52 ਕਲੀਆਂ ਵਾਲਾ ਚੋਲਾ ਸਵਾ ਕਰਕੇ, ਜਿਨ੍ਹਾਂ ਦੇ ਬਾਬਤ ਕਹਿੰਦੇ ਨੇ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ, ਸਤਿਗੁਰੂ ਸਾਹਿਬ ਜੀ ਬੰਧਨਾਂ ਦੇ ਵਿੱਚੋਂ ਛੁਡਾਉਣ ਵਾਲੇ ਨੇ,
सतगुरु साहब जी अपने सिखा दे सतगुर सिख के बंधन काटे, जिहड़ा सिख बन जाता है गुरु हरगोबिंद साहब जी उन्होंने बंधन काट देंदे ने। सतगुरु कैसे हैं, परमेश्वर का रूप ने महाराज जी गई बहोड़ बंदी छोड़ निरंकार दुखदारी महाराज, जो समा गवाचा है उन्हें भी वापस लिया देंदे ने, वह बहारा वह आनंद बख्श देंदे हैं, बंधना नूं छुड़ा दिंदे ने, दुखां दे नाश करन वाले निरंकार दा रूप हन गुरु साहिब जी। ते गुरां ने कृपा कीती, हुकम कीता राजिआं नूं वी सारे आओ साडे चोले दी इक इक कन्नी पकड़ो, 52 सन कुल, 50 ने कन्नियां ते दोहां ने तणियां पकड़ लईआं। गुरु हरगोबिंद साहिब महाराज सच्चे पातशाह जिन्हां दे बाबत कहा है भाई साहिब जी ने वड जोधा, भी गुरु हरगोबिंद साहब बहुत ही वड्डे सूरमे सन, फिर कले सूरमे ही नहीं सन पारे उपकारी, पारे उपकार करन वाले जिन्हां तो कोई अपनी लोड़ नहीं पर उन्हां दा भी भला करना इहनूं पारे उपकार कहिंदे आ। ते महाराज साहब ने पारे उपकार करदिआं होइआं 52 राजिआं नूं ग्वालियर की कैद विच्चों रिहा कराया, ते सतगुरु साहब जी दे रिहा करा करके फिर उत्थों दिल्ली दे विच बादशाह नाल वी मेल मिलाप होया। चलदिआं चलदिआं जिस दिन गुरु साहिब जी सचखंड हरिमंदर साहिब जी विखे पहुँचे ते सतगुरां दी आउण दी खुशी मना खुशी मनाउंदिआं होया दीपमाला कीती गई, क्योंकि दो जोड़ मेले गुरु घर विच मनाए जांदे सन, गुरु अमरदास साहिब दे वेले तों इक विसाखी दा जोड़ मेला ते दूसरा दीपमाला दा जिहनूं दिवाली कह दिंदे आ दीपमाला दा जोड़ मेला। इन्हां जोड़ मेलिआं दे संगत नूं महाराज उपदेश दिंदे सन, तां साहिबां कहा वी ऐरकां दी जिहड़ी दीपमाला दा जो जोड़ मेला है उह अमृतसर साहिब मनावांगे, संगतां उत्थे पहुंचण साडा हुकम है। बहुत संगतां दा इकट्ठ होया, गुरु हरगोबिंद साहिब महाराज अमृतसर साहिब आए, शहर वासियां ने घर घर ते दीपमाला कीती, भाव दीवे घर दे बनेरिआं ते कंधां दे कोठिआं ते जिथे किथे भी सब अमृतसर शहर जिहड़ा सी हरिमंदर साहिब दे समेत दीपमाला दे नाल सज गया। ते गुरु हरगोबिंद साहिब महाराज जी दे आउण दे विच सिख संगतां ने खुशियां मनाईआं। जिस दिन ग्वालियर दे ओह कैदियां नूं रिहा कराउण तों उपरंत चलदिआं चलदिआं कुछ समें विच गुरु साहिब जी अमृतसर साहिब पहुंचे, उस दिन नूं बंदी छोड़ दिवस सिख कह के मनाउंदे हन। तां ओह कैदियां दे बंधन कट्टण वाले जिहड़ा गुरु हरगोबिंद साहिब दा आसरा लै लवे साध संगत उहदे फिर होर आसरे लैण दी उहनूं कोई लोड़ नहीं रहि जांदी। जिवें गुरु हरगोबिंद साहिब दा स्थान बणिआ ना अपने नेड़े छेवें पातशाह, बाबा बिशन सिंह जी कहिंदे हुंदे सन भी गुरु हरगोबिंद साहिब ऐसे कृपालू ने जिहड़ा एक बार छेवें पातशाह दा दरवाजा लंघ आवे गुरु दे दर दा उहनूं फिर किसे होर दे दर ते जाण दी लोड़ नहीं पैंदी, भाव जिहड़ा गुरु दा बन जावे सिख फिर गुरु साहिब उहदे मददगार सहाई आप बणदे ने। ऐसे बंदी छोड़ दी कैद विच पए होए आ ते गुरां दे कोलों अरदास करिया करो भी पातशाह साडे भी दुख कट्टे जाण, साडियां भी कैदां कट्टियां जाण। एक तां इह महाराज साहिब दा पवित्र दिहाड़ा, दूसरा अज दे दिन सचखंड हरिमंदर साहिब अबदाली दे पुत्र तमूर दे हुक्म दे नाल जहान खान ने साध संगत जी ओह 30,000 दे करीब फौजां लियांदियां अमृतसर साहिब सरोवर पूर दिता, नेड़े नेड़े जिहड़े होर कई गुर स्थान सन उन्हां दी बेअदबी कीती, कब्जा करके बैठ गया। तां उधर बाबा दीप सिंह साहिब मिशल शहीदां तरना दल दे पहले जथेदार 75 वरिआं दी जिन्हां दी उम्र हो चुकी सी 1682 ईस्वी दे विच पहुवंड नगर विच भाई भगता दे घर माता जीवनी दी कुख तों जन्म होया, 18 वरिआं दे आनंदपुर साहिब अमृत छकिआ, गुरमत विद्या शस्त्र विद्या गुरु कलगीधर दे दल पंथ विच रहि के प्राप्त कीती, अरबी फारसी दे विद्वान बणे, गुरां दे हुक्म नाल अपने माता पिता नाल पिंड आ गए। ਤੇ ਇਹ ਸਤਿਗੁਰਾਂ ਕਿਹਾ ਜਿੰਨਾ ਚਿਰ ਅਸੀਂ ਸਦੀਏ ਨਾ ਭਾਵੇਂ ਕੁਝ ਵੀ ਖਬਰ ਹੋਵੇ ਤੁਸੀਂ ਸਾਡੇ ਕੋਲ ਨਹੀਂ ਆਉਣਾ। ਜਦੋਂ ਫਿਰ ਜੰਗਾਂ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਪਹੁੰਚੇ, ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ
बुलाया क्योंकि चंगे लखारी सन। भाई